ਜਗਬਣੀ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਅਜਮੇਰ ਸਿੰਘ ਚਾਨਾ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਗਬਣੀ ਟੀਵੀ ਦੇ ਵਿੱਚ ਇੱਕ ਪ੍ਰੋਗਰਾਮ ਕਿੰਗ ਕਬੱਡੀ ਦੇ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਕਬੱਡੀ ਜਗਤ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਉਹ ਚਾਹੇ ਕਬੱਡੀ ਕੋਚ ਹੋਣ ਕਬੱਡੀ ਖਿਡਾਰੀ ਜਾਂ ਸਾਬਕਾ ਕਬੱਡੀ ਖਿਡਾਰੀ ਕਮੈਂਟੇਟਰ ਤੇ ਜਾਂ ਪ੍ਰਮੋਟਰ ਹੋਣ ਕਹਿੰਦੇ ਨੇ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹਨਾਂ ਦਾ ਫਿਊਚਰ ਜਿਹੜਾ ਉਹਨਾਂ ਦਾ ਪਵਿਕ ਬਹੁਤ ਵਧੀਆ ਹੁੰਦਾ ਤੇ ਅੱਜ ਅਸੀਂ ਸਾਨੂੰ ਸਭ ਨੂੰ ਪਤਾ ਕਿ ਕਬੱਡੀ ਦੀ ਪੂਰੀ ਚੜ੍ਹਤ ਹੈ ਦੁਨੀਆ ਦੇ ਵਿੱਚ ਪੰਜਾਬੀ ਖੇਤਰ ਦੇ ਵਿੱਚ ਉਹ ਦੇਖਦੇ ਹਾਂ ਤਾਂ ਹਰ ਪਾਸੇ ਕਬੱਡੀ ਕਬੱਡੀ ਹੁੰਦੀ ਹੈ ਤੇ ਜਿਨ੍ਹਾਂ ਨੇ ਪਹਿਲੀਆਂ ਦੇ ਵਿੱਚ ਕਬੱਡੀ ਖੇਡੀ ਤੇ ਵੱਡਾ ਨਾਮਣਾ ਖੱਟਿਆ ਕਬੱਡੀ ਨੂੰ ਬਹੁਤ ਕੁਝ ਦਿੱਤਾ ਉਹਨਾਂ ਨਾਲ ਵੀ ਰਾਬਤਾ ਕਰਨਾ ਉਹਨਾਂ ਨੂੰ ਵੀ ਤੁਹਾਡੇ ਰੂਪ ਰੂਪ ਕਰਾਉਣਾ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਅੱਜ ਅਸੀਂ ਉਸ ਸ਼ਖਸੀਅਤ ਦੇ ਘਰ ਪਹੁੰਚੇ ਹਾਂ ਸ਼ਹਿਰ ਕਪੂਰਥਲਾ ਦੇ ਵਿੱਚ ਜਿਨ੍ਹਾਂ ਨੂੰ ਕਬੱਡੀ ਦਾ ਬਾਬਾ ਬੋਹੜ ਵੀ ਕਿਹਾ ਜਾਂਦਾ ਜਿਨ੍ਹਾਂ ਦੇ ਸੈਂਕੜੇ ਖਿਡਾਰੀ ਅੱਜ ਦੇਸ਼ ਵਿਦੇਸ਼ ਦੇ ਵਿੱਚ ਵੈਲ ਸੈਟਲ ਨੇ ਕਬੱਡੀ ਦੇ ਸਰ ਤੇ ਜਿਨ੍ਹਾਂ ਨੇ ਕਬੱਡੀ ਖੇਡ ਕੇ ਵੱਡੇ ਨਾਮ ਕਮਾਏ ਤੇ ਵੱਡੇ ਅਵਾਰਡ ਅਰਜਨ ਅਵਾਰਡ ਤੱਕ ਵੀ ਉਹਨਾਂ ਦੇ ਸ਼ਾਗਿਰਦਾਂ ਨੇ ਜਿੱਤੇ ਤੇ ਉਹਨਾਂ ਨੇ ਆਪ ਜਿਹੜੀ ਕਬੱਡੀ ਖੇਡੀ ਉਹ ਵੀ ਬੜੇ ਵੱਡੇ ਪੱਧਰ ਤੇ ਕੀਤੀ ਉਹ ਸਭ ਕੁਝ ਤੁਹਾਡੇ ਨਾਲ ਸਾਂਝਾ ਕਰਨ ਜਾਵਾਂਗੇ ਤੇ ਮੇਰੀ ਮਰਜ਼ਾ ਹੈ ਅਸੀਂ ਅੱਜ ਕਾਰ ਆਇਆ ਸਰਦਾਰ ਸਰਵਣ ਸਿੰਘ ਜੀ ਬਲ ਰਮੀਦੀ ਉਹਨਾਂ ਦੇ ਨਾਲ ਤੇ ਆਓ ਅਸੀਂ ਉਹਨਾਂ ਦੇ ਘਰ ਐਂਟਰ ਹੁੰਨੇ ਤੇ ਤੁਹਾਡੇ ਨਾਲ ਗੱਲਾਂ ਕਰਾਉਂਦੇ ਆ ਜਗਬਣੇ ਟੀਵੀ ਦੇ ਵਿੱਚ ਪ੍ਰੋਗਰਾਮ ਕਿੰਕ ਕਬੱਡੀ ਦੇ ਦੋਸਤੋ ਅਸੀਂ ਪਹੁੰਚ ਚੁੱਕੇ ਆ ਉਸ ਸਖਸ਼ੀਅਤ ਦੇ ਘਰ ਜਿਨ੍ਹਾਂ ਨੇ ਇੱਕ ਵੱਡੀ ਦੇ ਵਿੱਚ ਨਾਮਣਾ ਹੀ ਨਹੀਂ ਖਟਿਆ ਸਗੋਂ ਸਤਕਾਰ ਵੀ ਖਟਿਆ ਉਹਨਾਂ ਦਾ ਨਾਮ ਆਪਣੀ ਜ਼ੁਬਾਨ ਦੇ ਵਿੱਚੋਂ ਲੈਣਾ ਮੇਰੇ ਲਈ ਬੜਾ ਔਖਾ ਪਰ ਕਿਉਂਕਿ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਇਹ ਸਭ ਕਰਨਾ ਪੈਣਾ ਤੇ ਅਸੀਂ ਬੈਠੇ ਹਾਂ ਸਰਦਾਰ ਸਰਬਨ ਸਿੰਘ ਬਲਜੀ ਦੇ ਘਰ ਜਿਨ੍ਹਾਂ ਨੂੰ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਖੇਡ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਨਾਲ ਇਸ ਸਨਮਾਨ ਦੇ ਸੰਬੰਧੀ ਤਾਂ ਗੱਲਾਂ ਹੋਣਗੀਆਂ ਹੀ ਪਰ ਉਹਨਾਂ ਨੇ ਕਬੱਡੀ ਖੇਡ ਜਗ ਦੇ ਵਿੱਚ ਕਿਵੇਂ ਐਂਟਰ ਕੀਤਾ ਕਿਹੜੀਆਂ-ਕਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ ਰਹੀਆਂ ਕਿਹੋ ਜਿਹਾ ਉਹਨਾਂ ਦਾ ਨਿੱਜੀ ਜੀਵਨ ਰਿਹਾ ਕਿਹੋ ਜਿਹਾ ਉਹਨਾਂ ਦਾ ਖੇਡ ਜੀਵਨ ਰਿਹਾ ਉਸ ਸਭ ਬਾਰੇ ਜੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਤੇ ਅੱਜ ਉਹਨਾਂ ਦੇ ਨਾਲ ਸਾਡੀ ਜਗਵਣੀ ਟੀਮ ਨੂੰ رابطہ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਉਹਨਾਂ ਦਾ ਤੁਹਾਡਾ ਜਾਗੋਣੀ ਟੀਵੀ ਦੇ ਵਿੱਚ ਸਵਾਗਤ ਹੈ ਜੀ। ਇਹ ਮੈਨੂੰ ਸਤਿ ਸ੍ਰੀ ਅਕਾਲ। ਕਿਉਂਕਿ ਇਹਨਾਂ ਨੇ ਇਕੱਲੀ ਕਬੱਡੀ ਖੇਡੀ ਹੀ ਨਹੀਂ, ਖੜਾਈ ਵੀ ਆ। ਇਹਨਾਂ ਨੇ ਸਰਕਾਰੀ ਤੌਰ ਤੇ ਕੋਚਿੰਗ ਵੀ ਦਿੱਤੀ ਹੈ ਤੇ ਇਸ ਕਰਕੇ ਮੈਂ ਇਹਨਾਂ ਦਾ ਨਾਮ ਨਾਂ ਲੈਂਦਾ ਹੋਇਆ ਇਹਨਾਂ ਨੂੰ ਕੋਚ ਸਾਹਿਬ ਦੇ ਨਾਲ ਨਾਮ ਨਾਲ ਸੰਬੋਧਨ ਕਰੂੰਗਾ ਤੇ ਅਸੀਂ ਸ਼ੁਰੂ ਕਰਦੇ ਹਾਂ ਸਵਾਲਾਂ ਜਵਾਬਾਂ ਦਾ ਸਿਲਸਲਾ। ਕੋਚ ਸਾਹਿਬ ਜਿਹੜਾ ਤੁਸੀਂ ਤੁਹਾਨੂੰ ਇਹ ਸਨਮਾਨ ਮਿਲਿਆ ਮਹਾਰਾਜਾ ਰਣਜੀਤ ਸਿੰਘ ਅਵਾਰਡ ਜਿਹੜਾ ਤੁਹਾਨੂੰ ਮਿਲਿਆ ਇਹ ਅਵਾਰਡ ਤੁਹਾਨੂੰ ਕਿਹੋ ਜਿਹਾ ਫੀਲ ਹੋਇਆ ਲੈ ਕੇ ਅਵਾਰਡ ਤੁਹਾਨੂੰ ਲੱਗਦਾ ਵੀ ਜਿੰਨੀਆਂ ਕਿ ਤੁਹਾਡੀਆਂ ਖੇਡੀਆਂ ਪ੍ਰਾਪਤੀਆਂ ਸੀਗੀਆਂ ਉਹਨਾਂ ਦਾ ਜਿਹੜਾ ਤੁਹਾਡਾ ਇਹ ਮੁੱਲ ਮੁੜਿਆ ਆ ਤੇ ਉਹਨਾਂ ਦਾ ਮਾਣ ਮਹਿਸੂਸ ਹੋ ਰਿਹਾ ਇਹ ਜੀ ਮੈਨੂੰ ਤੇ ਬਹੁਤ ਹੀ ਚੰਗਾ ਲੱਗਾ ਬਹੁਤ ਹੀ ਖੁਸ਼ੀਆਂ ਹੋਈਆਂ ਮੈਨੂੰ ਇੱਥੇ ਕਿਉਂਕਿ ਜਿਹੜਾ ਇਹ ਚੀਜ਼ ਮੇਰੀ ਬੜੇ ਲੰਮੇ ਸਿਰਾਂ ਤੋਂ ਬਣੀ ਆ ਮੈਂ ਤਾਂ ਜੀਵਨ ਸਾਰਾ ਲਾ ਦਿੱਤਾ ਕਬੱਡੀ ਤੇ ਜੀ ਤੇ ਇਹ ਜਿਹੜਾ ਆਣ ਕੇ ਮਹਾਰਾਜ ਜੀ ਦੇ ਇਨਾਂ ਦਾ ਵਾਰਡ ਇਹਨਾਂ ਜਿਹੜਾ ਮੈਨੂੰ ਦਿੱਤਾ ਤੇ ਮੈਂ ਉਹਨਾਂ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਉਹ ਉਹਨਾਂ ਨਾਲ ਇਕੱਲੇ ਨਹੀਂ ਮੈਂ ਨਾ ਜਿਹੜੇ ਕੈਪਟਨ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤੇ ਆਪਣੇ ਸਪੋਰਟਸ ਮਿਨਿਸਟਰ ਛੋਟੀ ਸਾਹਿਬ ਤੇ ਸਾਡੇ ਜਿਹੜਾ ਸੈਕਟਰੀ ਸਪੋਰਟਸ ਜਿਹੜੇ ਉੱਥੇ ਸੀਗੇ ਤੇ ਸਾਡਾ ਇੱਕ ਰਾਣਾ ਗੁਰਜੀਤ ਸਿੰਘ ਆਪਣੇ ਇੱਥੇ ਬੁਲਤਰੀ ਦਿੰਦੇ ਹੋ ਠੀਕ ਹੈ ਜੀ ਤੇ ਉਹਨਾਂ ਸਾਰਿਆਂ ਦਾ ਮੈਂ ਧੰਨਵਾਦੀ ਹਾਂ ਬਾਜੀ ਇਹ ਬੜਾ ਹੀ ਜ਼ਿਆਦਾ ਸਾਰਿਆਂ ਨੇ ਬੜੇ ਮੈਨੂੰ ਪਿਆਰ ਨਾਲ ਔਰ ਮੈਂ ਕਿਤੇ ਬਾਹਰ ਗਿਆ ਹੋਇਆ ਸੀ ਤੇ ਮੈਂ ਖੀਲ ਦੇ ਮੋਕੇ ਆਣ ਕੇ ਉੱਥੇ ਪਹੁੰਚਿਆ ਤੇ ਬਸ ਟਾਈਮ ਤੇ ਤੇ ਉਹਨਾਂ ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਜਲਦੀ ਜਲਦੀ ਉਹਨਾਂ ਪਛਾਹ ਜਦਾਂ ਮਿਲ ਜੀਏ ਸ਼ੁਰੂ ਕਰਦੇ ਆਂ ਗੱਲ ਤੁਹਾਡੇ ਬਚਪਨ ਤੋਂ ਹਾਂਜੀ ਬਚਪਨ ਤੋਂ ਵੀ ਪਹਿਲਾਂ ਦੀ ਤੁਹਾਡੇ ਜਨਮ ਤੋਂ ਤੁਹਾਡਾ ਜਨਮ ਕਿਉਂਕਿ ਤੁਹਾਡੇ ਨਾਮ ਦੇ ਨਾਲ ਹੀ ਪਿੰਡ ਰਮੀਦੀ ਵੀ ਪੂਰੇ ਜਿਹੜਾ ਪੰਜਾਬ ਦੇ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੋ ਗਿਆ ਪੈਂਡਰਮੀ ਦੀ ਇਹ ਸਭ ਨੂੰ ਪਤਾ ਆ ਪਰ ਤੁਹਾਡਾ ਜਨਮ ਤੁਹਾਡੇ ਪਿੰਡ ਹੋਇਆ ਜਾਂ ਤੁਹਾਡੇ ਨਾਨਕੇ ਘਰ ਹੋਇਆ ਜੀ ਹਾਂ ਇਹ ਜਿਹੜੀ ਮੈਂ ਸਹੀ ਗੱਲ ਹੀ ਕਰੂੰਗਾ ਜਨਮ ਜਿਹੜਾ ਮੇਰਾ ਮੇਰੇ ਨਾਨਕੇ ਹੋਇਆ ਉਹ ਚਿੱਟੀ ਪਿੰਡ ਆ ਉਹ ਚੁੱਕੀ ਚਿੱਟੀ ਜੀ ਉਹ ਕੀ ਚਿੱਟੀ ਵਾਹ ਵਾਹ ਠੀਕ ਹੈ ਜੀ ਸਕੂਲ ਦੇ ਵਿੱਚ ਗਏ ਪੜ੍ਹਦੇ ਪੜ੍ਹਦੇ ਖੇਡਣ ਦੀ ਚੇਟਕ ਲੱਗੀ ਜਾ ਕੇ ਤੁਹਾਡੇ ਵੱਡੇ ਉਹ ਕਿਹੇ ਇਸ ਵਾਰ ਧਿਆਨ ਗਿਆ ਕਬੱਡੀ ਖੇਡਣੀ ਆ ਏ ਅਰਜੇ ਜੀ ਮੈਂ ਇਹ ਤੁਹਾਨੂੰ ਦੱਸਣਾ ਕਿ ਜਦੋਂ ਅਸੀਂ ਉੱਥੇ ਸਕੂਲ ਦੇ ਵਿੱਚ ਲੱਗੇ ਆ ਤੇ ਉਦੋਂ 8ਵੀਂ ਤੱਕ ਸੀ ਸਕੂਲ ਸਾਡਾ ਤੇ ਸਕੂਲ ਪਿੰਡ 'ਚ ਸੀਗਾ ਜੀ ਪਿੰਡ ਦੇ ਰਮੀਦੀ ਦੇ ਵਿੱਚ ਰਮੀਦੀ ਦੇ ਵਿੱਚ ਤੇ ਅਸੀਂ ਸਕੂਲ 'ਇ ਉੱਥੇ ਪੜ੍ਹਨੇ ਲੱਗ ਗਏ ਪੜ੍ਹਨ ਲੱਗ ਗਏ ਤੇ ਫੇਰ ਚਲੋ ਨਾਲ-ਨਾਲ ਖੇਡਣਾ ਖੇਡਣੇ ਪਏ ਥੋੜਾ ਜਿਹਾ ਮੈਂ ਮਰਜੀ ਦੇ ਚ ਗਲਤੀ ਵੀ ਕਰ ਜਾਂਦਾ ਮੈਂ ਵਾਲੀ ਵਾਲ ਵੀ ਬਹੁਤ ਤਕੜਾ ਖੇਡ ਗਿਆ ਸੀ ਵਾਹ ਜੀ ਤੇ ਉੱਥੇ ਨਾ ਪਹਿਲਾਂ ਵਾਲੀ-ਵਾਲ ਵੀ ਖੇਡਿਆ ਆਫਟਰ ਥੈਟ ਮੈਨੂੰ ਇਹ ਹੋਇਆ ਵੀ ਕਬੱਡੀ ਸਾਡੇ ਨਾਲ ਅਸੀਂ ਮੁੰਡੇ ਉੱਥੇ ਇੱਕ ਪਿੰਡ ਦੇ ਚੰਗੇ ਸੀ ਤੇ ਇਕੱਠੇ ਖੇਡਣਦੇ ਆਪਣਾ ਸ਼ਾਮ ਨੂੰ ਪਰ ਇਹ ਨਾਲ ਦੇ ਨਾਲ ਸਾਡੇ ਇੱਕ ਨਰਪੈ ਸਿੰਘ ਪਰਾਣਾ ਖਿਡਾਰੀ ਰਾਇਪੁਰੋਂ ਬੜਾ ਬਹੁਤ ਤਕੜਾ ਖਿਡਾਰੀ ਪਿੰਡ ਤੋਂ ਹੀ ਉਹਨਾਂ ਨੇ ਨਾ ਸ਼ੌਕ ਸੀਗਾ ਕਿ ਉਹਨਾਂ ਨੇ ਸ਼ਾਮ ਨੂੰ ਨਾ ਆਪਣਾ ਕੰਮ ਕੰਮ ਤੇ ਕਰ ਛਡਾ ਕੇ ਜੋ ਵੀ ਹੋਊਗਾ ਤੇ ਉਹਨੂੰ ਸਕੂਲ ਚ ਆ ਜਾਣਾ ਸਕੂਲ ਬਿਲਕੁਲ ਨਾਲ ਪਿੰਡ ਦੇ ਬਿਲਕੁਲ ਹੀ ਸੜਕ ਦੇ ਉੱਤੇ ਹੀ ਆ ਸੜਕ ਦੇ ਨਾਲ ਜੀ ਤੇ ਉਹਨਾਂ ਨੇ ਸ਼ਾਮ ਨੂੰ ਸਾਨੂੰ ਸਾਰਿਆਂ ਨੂੰ ਮੁੰਡਿਆਂ ਨੂੰ ਜਿਹੜੇ ਇਕੱਠੇ ਕਰ ਲਏ ਸੀ ਉਹਨਾਂ ਕੱਢ ਕੇ ਤੇ ਸਾਨੂੰ ਗੇਮ ਖਲੋਣੀ ਗੇਮ ਖਿਲਾ ਕੇ ਤੇ ਫਿਰ ਚੰਗਾ ਕਰਕੇ ਤੇ ਸ਼ਾਮ ਛੁੱਟੀ ਦੇ ਦੇਣੀ ਚਲੋ ਹੈ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਤੁਸੀਂ ਸਕੂਲ ਦੇ এডਿਕੇਸ਼ਨ ਪੂਰੀ ਕਰਨ ਤੋਂ ਬਾਅਦ ਫਿਰ ਕਾਲਜ ਦੇ ਵਿੱਚ ਵੀ ਕਿਤੇ ਦਾਖਲ ਹੋਏ ਹਾਂ ਮੈਂ ਤੁਹਾਨੂੰ ਉਹ ਦੱਸਣ ਲੱਗਾ ਹਾਂ ਫਿਰ ਸਾਡੇ ਥੋੜਾ ਜਿਹਾ ਉਹਨਾਂ ਅੱਠਵੀਂ ਤੇ ਬਾਅਦ ਨੌਵੀਂ ਦਸਵੀਂ ਹੋਈ ਨੋਮੀ 10ਵੀਂ ਚ ਵੀ ਸਾਨੂੰ ਉਸੇ ਤਰ੍ਹਾਂ ਜੋ ਟੀਚਰ ਜਿਹੜਾ ਮਾਸਟਰ ਬੰਦਾ ਸੀਗਾ ਨਾ ਉਹ ਤੁਹਾਨੂੰ ਕਢਾਉਂਦਾ ਅੰਦਰ ਪੈਸੇ ਕਢਾਉਂਦੇ ਰਹੇ ਤੇ ਉਹਦੇ ਵਿੱਚ ਫਿਰ ਉਹਨੇ ਸਾਨੂੰ ਪਿੰਡਾਂ 'ਚ ਜਿਹੜੇ ਮੈਜਮੂਜ ਹੁੰਦੇ ਰਹਿੰਦੇ ਆਮ ਹੁੰਦੇ ਹੁੰਦੇ ਨਾ ਉਹਨੇ ਸਾਨੂੰ ਉੱਥੇ ਲੈ ਜਾਣਾ ਖਲਾਉਣ ਉਸ ਨਾਲ ਵਾਹਿਗੁਰੂ ਦੀ ਕਿਰਪਾ ਇਦਾਂ ਦੀ ਹੋਈ ਮੈਨ ਤਾਂ ਥੋੜਾ ਜਿਆਦਾ ਦੰਤਾਂ ਚਮਕ ਉੱਠਿਆ ਠੀਕ ਹੈ ਜੀ ਮੁੰਡੇ ਮੇਰੇ ਨਾਲ ਤੇ ਪਿੰਡ ਦੇ ਵਿੱਚ ਚੰਗੇ ਸੀ ਤੇ ਪਰ ਮੈਂ ਥੋੜਾ ਤਾਂ ਚਲੇ ਆ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਮੈਨੂੰ ਇਹ ਹੋਇਆ ਵੀ ਬਾਅਦ ਦੇ ਵਿੱਚ ਕਿ ਮੈਂ 10ਵੀਂ ਪਾਸ ਕਰਕੇ ਤੇ ਕਾਲਜ ਜਾਣਾ ਸੀ ਉਹ ਤੋਂ ਪਹਿਲਾਂ ਜਦੋਂ ਤੁਸੀਂ ਖੇਡ ਵੱਲ ਨੂੰ ਧਿਆਨ ਗਿਆ ਜਿਹੜੇ ਤੁਹਾਡੇ ਘਰ ਦੇ ਜੀ ਤੁਹਾਡੇ ਮੰਮੀ ਜੀ ਤੁਹਾਡੇ ਡੈਡੀ ਜੀ ਇੱਕ ਤਾਂ ਉਹਨਾਂ ਦਾ ਨਾਮ ਦੋਹਾਂ ਦਾ ਦੱਸਿਓ ਤੇ ਦੂਜਾ ਉਹਨਾਂ ਨੇ ਤੁਹਾਨੂੰ ਖੇਡਣ ਨੂੰ ਪ੍ਰਮੋਟ ਕੀਤਾ ਜਾਂ ਕਹਿੰਦੇ ਸੀ ਵੀ ਰੋਕਲਾ ਛੱਟ ਲੱਗ ਜਾਂਦੀ ਹੈ ਹਲੇ ਰਹਿਣ ਦੇ ਜਾਂ ਕੁਝ ਇਹ ਮੈਂ ਤੁਹਾਨੂੰ ਗੱਲ ਕਰਦਾ ਜੀ ਮੇਰੀ ਮਾਤਾ ਦਾ ਚੰਨਣ ਕੌਰ ਮਾਤਾ ਜੀ ਚੰਨਣ ਕੌਰ ਜੀ ਤੇ ਸਰਦਾਰ ਲక్ష్మణ ਸਿੰਘ ਮੇਰੇ ਪਿਤਾ ਜੀ ਦਾ ਠੀਕ ਹੈ ਜੀ ਹਾਂ ਜੀ ਤੇ ਪਰ ਉਹ ਸਾਰੇ ਮੈਨੂੰ ਛੱਡ ਗਏ ਠੀਕ ਹੈ ਚਲੋ ਕੁਦਰਤ ਦਾ ਇਹ ਨਿਯਮ ਹੈ ਪਰ ਉਹਨਾਂ ਨੇ ਵੀ ਮੇਰੀ ਮਾਤਾ ਨੇ ਵੀ ਕੋਸ਼ਿਸ਼ ਕੀਤੀ ਹੁੰਦੀ ਸੀ ਮਹੀਆਂ ਗਾਇਆਂ ਰੱਖੀਆਂ ਸੀ ਦੁੱਧ ਜ਼ਰੂਰ ਮੈਨੂੰ ਆਉਣਾ ਉਹਨਾਂ ਨੇ ਇੱਕ ਬਾਲਟੀ ਉੱਥੇ ਟੰਗ ਦੇਣੀ ਜੀ ਉੱਥੋਂ ਲੈ ਕੇ ਪਕਿਲੀਆਂ ਸੀ ਨਾ ਘਰ ਦੇ ਵਿੱਚ ਲੱਗੀਆਂ ਤੋ ਜਿਹੜੀ ਇਹ ਪਕਲੀ ਜੀ ਹੁੰਦੀ ਉਹਨਾਂ ਬਾਲਟੀ ਜੀ ਦੁੱਧ ਦੀ ਭਰ ਕੇ ਜੇ ਕਿੰਨੀ ਹੋਵੇ ਉਹ ਟੰਗ ਦੇਣੀ ਜੀ ਜਿੰਨਾ ਮੈਂ ਪੀਲ ਮੈਂ ਜਿੰਨਾ ਪੀਲ ਉਹ ਪੋਤ ਆ ਜੋ ਦੇਖੋ ਤੁਸੀਂ ਕਹਿੰਦੇ ਜਦੋਂ ਪਹਿਲਵਾਨ ਬਣਦਾ ਤਾਂ ਘਰੋਂ ਹੀ ਬਣਦਾ ਮਾਵਾਂ ਬਣਾਉਂਦੀਆਂ ਜਦੋਂ ਮਾਵਾਂ ਪੁੱਤਰ ਲਈ ਖਰਾਕ ਹੱਥੀਂ ਤਿਆਰ ਕਰਕੇ ਦਿੰਦੀਆਂ ਤਾਂ ਪੁੱਤਰ ਨੂੰ ਵੀ ਹੌਸਲਾ ਹੁੰਦਾ ਵੀ ਘਰੋਂ ਹਣ ਹੌਸਲਾ ਮਿਲਿਆ ਤੇ ਉਹ ਹੋਰ ਖੇਡਾਂ ਦੇ ਵਿੱਚ ਵਧਰਾ ਦੇਖੋ ਤੁਸੀਂ ਵੀ ਮਾਂ ਇੱਕ ਮਾਂ ਦੁੱਧ ਦੀ ਬਾਲਟੀ ਭਰ ਕੇ ਟੰਗ ਦਿੰਦੀ ਸੀ ਆਪਣੇ ਪੁੱਤਰ ਲਈ ਵੀ ਜਿੰਨਾ ਪੀ ਗਿਆ ਪੀ ਗਿਆ ਤੇ ਬਾਕੀ ਅਸੀਂ ਵਰਤ ਲਾਂਗੇ ਤੇ ਇਹ ਤਾਂ ਜੀ ਮਾਮਾ ਦਾ एहसान ਜਿਹੜਾ ਕੋਈ ਵੀ ਜ਼ਿੰਦਗੀ ਦੇ ਵਿੱਚ ਭੁਲਾ ਨਹੀਂ ਸਕਦਾ ਤੇ ਮੰਮੀ ਜੀ ਨੇ ਮਤਲਬ ਤੁਹਾਨੂੰ ਘਰੋਂ ਪੂਰੀ ਸਪੋਰਟ ਰਹੀ ਹੁਣ ਆਪਾਂ ਤੁਹਾਡੇ ਉਸ ਜੀਵਨ ਵੱਲ ਆਉਨੇ ਆ ਜਿੱਥੋਂ ਤੁਹਾਨੂੰ ਪਿੰਡ ਚੋਂ ਨਿਕਲ ਕੇ ਪਛਾਣ ਮਿਲੀ ਤੁਹਾਨੂੰ ਕਦੋਂ ਕੋ ਲੱਗਣ ਲੱਗਾ ਵੀ ਹੁਣ ਮੈਨੂੰ ਲੋਕ ਜਦ ਨਾਲ ਲਾਪੇ ਪਿਆ ਆ ਬੱਲ ਜਿਹੜਾ ਅਰਮੀਦੀ ਵਾਲਾ ਇੱਥੇ ਖੇਡਣਾ ਰਿਹਾ ਉੱਥੇ ਖੇਡਣਾ ਰਿਹਾ ਈ ਅਰਜੇ ਜੀ ਪਹਿਲਾਂ ਵੀ ਜਦੋਂ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਉੱਥੋਂ ਜਿੱਦਾਂ ਹੁਣ ਤੁਹਾਨੂੰ ਕਿਹਾ ਵੀ ਏਦਾਂ ਦਸਵੀਂ ਪਾਸ ਕਰਕੇ ਤੇ ਫਿਰ ਮਿਲ ਹੁਣ ਮੈਨੂੰ ਰੌਲਾ ਤਾਂ ਪੈ ਗਿਆ ਪਿੰਡਾਂ 'ਚ ਠੀਕ ਹੈ ਯਾਰ ਬਹੁਤ ਸੋਹਣਾ ਖੇਡਦਾ ਬਹੁਤ ਸੋਹਣਾ ਖੇਡਦਾ ਲੋਕ ਐਨੇ ਕਰਨਾ ਵੀ ਚਾਹੇ ਕਰਨਾ ਵੀ ਉਹ ਫਿਰ ਵੀ ਉਸ ਤੋਂ ਬਾਅਦ ਜਦੋਂ ਮੈਨੂੰ ਇਹ ਗੱਲ ਨੂੰ ਛੱਡ ਕੇ ਤੇ ਮੈਂ ਕਿਹਾ ਵੀ ਇਹ ਹੁਣ ਮੈਂ ਉੱਥੇ ਕੀ ਕਰਾਂ ਜਦੋਂ ਮੈਂ ਜਾਣਾ ਸੀਗਾ ਕਾਲਜ ਤੇ ਮੇਰੇ ਪਿਤਾ ਜੀ ਤੇ ਨਾ ਮੈਨੂੰ ਕਿਹਾ ਤੂੰ ਕੱਲ ਜਣ ਨਾ ਨਾ ਮੈਂ ਵਿਹਲਾ ਵੀ ਥੋੜਾ ਜਿਹਾ ਰਿਆ ਤੇ ਮੈਨੂੰ ਕਹਿਣ ਲੱਗੇ ਪਈ ਪਿੰਡ ਦੇ ਬੱਚੇ ਇੱਕ ਬਜ਼ੁਰਗ ਸੀ ਸਾਡੇ ਉਹ ਕਹਿੰਦਾ ਉਹ ਡੀਏਵੀ ਕਾਲਜ ਵਾਲੇ ਆ ਗਏ ਜੀ ਕਹਿੰਦੇ ਤੁਹਾਨੂੰ ਉੱਥੇ ਹੀ ਖੜਨਾ ਐ ਇਦਾਂ ਕਰਾਂਗੇ ਤੇ ਰਾਜ ਐ ਕਰਾਂਗੇ ਇਦਾਂ ਕਰਾਂਗੇ ਤੇ ਜਿਹੜੇ ਉੱਥੇ ਸਾਡੇ ਕੋਲ acharpur ਦੇ ਉਹ ਮਿੰਦ ਬੋਲੇ ਹੁਣੀ ਹੁੰਦੇ ਸੀ ਉੱਥੇ ਸਾਰੇ ਪੜਦੇ ਕਹਿੰਦੇ ਵੀ ਉਹਨਾਂ ਨਾਲ ਤੇਰਾ ਮੁਕਾਬਲਾ ਕਰਉਣਾ ਸੀ ਉੱਥੇ ਦੇਖਾਂਗੇ ਨਾਲੇ ਤੂੰ ਜਿੱਤ ਕੇ ਦੇ ਅੱਛਾ ਉਹ ਤੁਹਾਡੇ ਬਰਾਬਰ ਦੇ ਪਲੇਅਰ ਸੀ ਤੁਹਾਡੇ ਸਮੇਂ ਦੇ ਸੀਗੇ ਮਹਿੰਦਰਪੁਰਾ ਜੀ 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 ਹਾਂਜੀ ਠੀਕ ਹੈ ਜੀ ਤੇ ਉਸੇ ਮੈਂ ਫਿਰ ਜਦੋਂ ਇਹ ਗੱਲ ਤੇ ਹੁੰਦੀ ਗਈ ਮੈਂ ਕਿਹਾ ਵੀ ਚਲੋ ਚਲੇ ਗਿਆ ਮੈਂ ਇੱਕ ਦਿਨ ਤੋਂ ਬਾਅਦ ਮੇਰਾ ਨਾ ਜੀਜਾ ਨਾ ਲੱਗਾ ਮੈਂ ਕਿਹਾ ਯਾਰ ਮੈਂ ਇਹਨਾਂ ਨਾਲ ਉਲਟੋ ਖੇਡਣਾ ਇਹਨਾਂ ਨਾਲੋਂ ਮੇਰੇ ਮਨ ਜਿਹੜੇ ਇਹਨਾਂ ਦੇ ਅੱਛਾ ਭਈ ਇਹਨਾਂ ਦੇ ਨੇਹ ਰਿਆ ਇਹਨਾਂ ਦੇ ਤੇ ਮੈਂ ਇਹਨਾਂ ਦੀ ਆਪੋਜ਼ਿਟ ਖੇਡਣਾ ਇਹਨਾਂ ਨੂੰ ਹਰਾਉਣਾ ਹੈ ਤੱਕਾਂ ਅਗਲੀ ਮੁਕਾਬਲੇ ਚ ਜਜ਼ਬਾ ਦੇਖੋ ਇੱਕ ਪਲੇਅਰ ਦਾ ਨਹੀਂ ਤਾਂ ਜ਼ਿਆਦਾਤਰ ਕੀ ਹੁੰਦਾ ਪਲੇਅਰ ਦੇਖਦੇ ਆਪ ਜਿਹੜੀ ਤਕੜੀ ਟੀਮ ਆ ਮੇਰੀ ਉਹਦੇ ਵਿੱਚ ਸੈਟਲਮੈਂਟ ਹੋ ਜੇ ਮੈਂ ਤਕੜਿਆਂ ਦੇ ਨਾਲ ਰਲ ਕੇ ਖੇਡਾਂ ਪਰ ਬੜੇ ਘੱਟ ਖਿਡਾਰੀ ਹੁੰਦੇ ਆ ਜਿਹੜੇ ਕਹਿੰਦੇ ਵੀ ਅਸੀਂ ਤਕੜਿਆਂ ਦੇ ਨਾਲ ਭੜ ਕੇ ਤਕੜੇ ਹੋਣਾ ਉਹਨਾਂ ਦੇ ਵਿੱਚ ਨੇ ਇੱਕ ਬਲਸਾਹ ਸਾਡੇ ਨਾਲ ਬੈਠੇ ਆ ਉਹ ਨਾਲ ਨਾਲ ਜ਼ਿੰਦਗੀ ਦੀਆਂ ਗੱਲਾਂ ਆਪਣੀਆਂ ਦੱਸ ਰਹੇ ਆ ਉਸ ਟੀਮ ਦੇ ਵਿੱਚ ਫਿਰ ਤੁਸੀਂ ਐਂਟਰ ਹੋਣਾ ਮੰਨਿਆ ਨਹੀਂ ਨਹੀਂ ਫਿਰ ਮੈਂ ਉੱਥੋਂ ਆ ਗਿਆ ਆ ਗਿਆ ਤੇ ਮੇਰੇ ਪਿੰਡ ਦੇ ਜਿਹੜੇ ਪੜ੍ਹਦੇ ਬੰਦੇ ਇੱਥੇ ਉਹ ਕਹਿਣ ਲੱਗੇ ਯਾਰ ਇਹ ਕੁੜੀਆਂ ਦਾ ਕਾਲਜ ਰਿਹਾ ਹਮੇਸ਼ਾ ਹੀ ਕੋਈ ਕੋਈ ٹیم ਜੀਮ ਕਬੱਡੀ ਜਿੱਤ ਪੜਾ ਕੇ ਜਨ ਜਿੱਤ ਕੇ ਦਿਓ ਸ਼ਹਿਰ ਵਾਲੇ ਵੀ ਪਿੰਡ ਵਾਲੇ ਵੀ ਮੈਂ ਕਹਾਂ ਵੀ ਤੁਹਾਡੀ ਮਰਜ਼ੀ ਹੈ ਉਹ ਮੈਂ ਹੱਲੇ ਬੈਠਾ ਬੈਠਾ ਮੈਨੂੰ ਬੰਗਿਆਂ ਵਾਲੇ ਲੈ ਗਏ ਸਿੱਖ ਨੈਸ਼ਨਲ ਕਾਲਜ ਵਾਲੇ ਅੱਛਾ ਤੁਹਾਡਾ ਨਾਮ ਜਿਹੜਾ ਜ਼ਿਆਦਾਤਰ ਜੇਸ ਨਾਮ ਤੋਂ ਸਾਰੀ ਦੁਨੀਆ ਜਾਣਦੀ ਹੈ ਕਿ ਤੁਹਾਡਾ ਜਿਹੜਾ ਨਾਮ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂਜੀ ਦੇ ਨਾਲ ਜਦੋਂ ਵੀ ਗੱਲਾਂ ਚੱਲਦੀਆਂ ਤੁਹਾਡੀਆਂ ਦੇ ਨਾਲ ਜੁੜਦਾ ਜਾ ਕੇ ਉਹਨਾਂ ਦੇ ਨਾਲ ਦੱਸੋ ਵੀ ਨਾਮ ਤੁਹਾਡਾ ਉਹਨਾਂ ਦੇ ਨਾਲ ਮੁੱਖ ਮੰਤਰੀ ਸਾਹਿਬ ਨਾਲ ਕਿਵੇਂ ਜੁੜਿਆ ਮੈਂ ਬੇਨਤੀ ਉਹ ਤੁਹਾਨੂੰ ਕੀਤੀ ਸੀਗੀ ਕਿ ਉਹਨਾਂ ਨੇ ਇੱਕ ਦੋ ਥਾਈ ਮੈਚ ਦੇਖੇ ਸਾਡੇ ਫੁਵਾੜੇ ਹੋਏ ਮੈਚ ਉਦੋਂ ਅੱਛਾ ਜੀ ਫੁਵਾੜੇ ਮੈਚ ਹੋਏ ਆ ਤੇ ਅਸੀਂ ਖੇਡੇ ਸਾਡੀ ਟੀਮ ਵੀ ਉੱਦੀ ਆਈ ਤੇ ਉਦੋਂ ਉਹ ਇਨਾਮ ਵੰਡਣਾ ਆਏ ਉਦੋਂ ਪਹਿਲੀ ਵਾਰੀ ਉੱਥੇ ਸਾਡੇ ਫੁਵਾੜੇ ਤੇ ਇਧਰੋਂ ਟੀਮ ਆਈ ਸੀਗੀ ਉਹਨਾਂ ਦੀ ਆਪਣੇ ਦੀ ਅੰਮ੍ਰਿਤਸਰ ਦੀ ਆ ਗਈ ਉੱਥੇ ਫਾਈਨਲ ਮਝੇਲਾਂ ਦੀ ਮਝੇਲਾਂ ਦੀ ਠੀਕ ਹੈ ਉਹ ਚੰਗੇ ਬੰਦੇ ਸੀ ਉਹ ਵੀ ਬੜੇ ਸੋਹਣੇ ਸੀਗੇ ਮੈਂ ਕਮਾਂ ਤੇ ਜਦੋਂ ਅਸੀਂ ਖੇਡਣ ਲੱਗੇ ਤੇ ਫਾਈਨਲ ਮੈਚ ਸੀ ਸਰਦਾਰ ਜੀ ਉੱਪਰ ਬੈਠੇ ਸੀ ਕੈਰਨ ਸਾਹਿਬ ਕੈਰਨ ਸਾਹਿਬ ਤੇ ਅਸੀਂ ਸਾਡੇ ਮੇਰੇ ਪਿੰਡ ਦੇ ਇੱਥੋਂ ਬੰਦੇ ਬਹੁਤ ਗਏ ਤੇ ਫਗਵਾੜੀ ਕਿੱਥੇ ਮੈਚ ਹੋਏ ਸੀਗੇ ਇਹ ਕਿਹੜੀ ਜਗ੍ਹਾ ਉਹ ਜਿੱਥੇ ਨਾ ਪਹਿਲੇ ਹੁਣ ਬਣੀ ਇਹਨਾਂ ਦੀ ਡੇਰ ਜੀ ਹਾਂਜੀ 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 ਉਹਦੇ ਉੱਤੇ ਥੋੜੇ ਉਰਲੇ ਬੰਦੇ ਖਾਦੀ ਤਾਂ ਹੁੰਦੀ ਸੀ ਉੱਥੇ ਅੱਛਾ ਉੱਥੇ ਹੋਏ ਮੈਚ ਠੀਕ ਹੈ ਮੈਚ ਹੋਈ ਸੀ ਬਹੁਤ ਠੀਕ ਹੈ ਜੀ ਹਾਂਜੀ ਤੇ ਅਸੀਂ ਜਦੋਂ ਮੈਚ ਹੋਣੀ ਸ਼ੁਰੂ ਹੋਇਆ ਸਾਡੇ ਵੀ ਇੱਥੇ ਨਾਰੇ ਵੱਜਣ ਲੱਗੇ ਮੇਰੇ ਮਗਰ ਬੰਦੇ ਤਗੜਾ ਹੋ ਜਾ ਪਿੰਡ ਦੇ ਬੰਦੇ ਵੀ ਗਏ ਉੱਥੇ ਠੀਕ ਹੈ ਦੇਖਣ ਰੱਬ ਨੇ ਮੈਨੂੰ ਪਤਾ ਨਹੀਂ ਕਿੱਥੇ ਮੈਂ ਤੇ ਭਜਾ ਲੈ ਜਾਓ ਠੀਕ ਹੈ ਜੀ ਜੋਦਰ ਵਿੱਚ ਜਫਾ ਨਹੀਂ ਜੋਦਰ ਸੀ ਰੇਟ ਜ਼ਿਆਦਾ ਕੀਤੀ ਜਾਂਦੀ ਰੇਟ ਬਹੁਤ ਕੀਤੀ ਹੈ ਰੇਟ ਬਹੁਤ ਕੀਤੀ ਹੈ ਕੋਈ ਜਫਾ ਨਹੀਂ ਤੁਹਾਨੂੰ ਲੱਗਾ ਜੀ ਨਾ ਨਾ ਇੱਕ ਵੀ ਨਹੀਂ ਇੱਕ ਕਿੰਦਰ ਜਫਾ ਨਹੀਂ ਲੱਗਾ ਤੇ ਫਿਰ ਮੈਂ ਤੁਹਾਨੂੰ ਦੱਸਣਾ ਵੀ ਪ੍ਰਤਾਪ ਸੋਨੇ ਕੀ ਕਿਹਾ ਹਾਂਜੀ ਸਰਦਾਰ ਪ੍ਰਤਾਪ ਸੋਨੇ ਮੈਂ ਕਹਿਣਾ ਹੈ ਹਾਂਜੀ ਉਹਨਾਂ ਨੇ ਜਦੋਂ ਮੈਚ ਹੋਟਿਆ ਤੇ ਉਹ ਕਹਿਣ ਲੱਗੇ ਜਦੋਂ ਅਸੀਂ ਜਿੰਦਾਬਾਦ ਜਿੰਦਾਬਾਦ ਕਰਤੀ ਹੁਣ ਅੱਛਾ ਜੀ ਤੇ ਉਹਨਾਂ ਕਿਹਾ ਓਏ ਓਏ ਇਧਰ ਆਓ ਪ੍ਰਾਜਨ ਮੇਰਾ ਉਹਨਾਂ ਨੇ ਉਸ ਵੇਲੇ ਇੱਕ ਕਿਉ ਦਾ ਪਿੱਪਾ ਨਾਮ ਅਸਕਰ ਵਾਹ ਵਾਹ ਤੇ ਅੱਡੀ ਵੱਡੀ ਸ਼ਖਸੀਅਤ ਦੇਖੋ ਇੱਕ ਕਿੱਡੀ ਤਕੜੀ ਗੇਮ ਹੋਊਗੀ ਜਿਹੜਾ ਇੱਕ ਮੁੱਖ ਮੰਤਰੀ ਨੂੰ ਇੱਕ ਖਿਡਾਰੀ ਨੂੰ ਸੱਦ ਕੇ ਉਹਨੂੰ ਆਪਣਾ ਇਨਾਮ ਦੇਣਾ ਜਿਹੜਾ ਪਿਆ ਉਹ ਖੇਡ ਦਾ ਜਾਦੂ ਉਹਨਾਂ ਦਾ ਮਤਲਬ ਜੇ ਇੱਕ ਮੁੱਖ ਮੰਤਰੀ ਸਿਰ ਚੜ੍ਹ ਕੇ ਬੋਲਿਆ ਤਾਂ ਆਮ ਇਹਨਾਂ ਦੇ ਕਿੰਨੇ ਉਸ ਵੇਲੇ ਜਿਹੜੇ ਫੈਨ ਹੋਣਗੇ ਇਹਨਾਂ ਦੇ ਦਰਸ਼ਕ ਇਹਨਾਂ ਨਾਲ ਕਿੰਨੇ ਜੁੜੇ ਹੋਣਗੇ ਅੱਛਾ ਉਹ ਤੁਹਾਨੂੰ ਉਸ ਵੇਲੇ ਫੇ ਕਾਫੀ ਮਾਣ ਹੋਇਆ ਹੋਣਾ ਕਿ ਇੱਕ ਮੁੱਖ ਮੰਤਰੀ ਮੇਰੇ ਲਈ ਅਨਾਉਂਸ ਕਰ ਰਿਹਾ ਇਹੋ ਗੱਲ ਹੋਈ ਮੁੱਖ ਮੰਤਰੀ ਪਹਿਲਾਂ ਹੋਰ ਹੀ ਅਨਾਉਂਸ ਕਰਤਾ ਨਾ ਉਹ ਜਦੋਂ ਅਮਰਸਰੀਏ ਹੋਏਗਾ ਫਿਰ ਪ੍ਰਾਈਜ਼ ਤੇ ਲੈਣੇ ਸੀ ਉਹਨਾਂ ਨੇ ਉਹ ਸੀ ਮੈਚ ਜਿੱਤ ਗਏ ਮਤਲਬ ਅਮਰਸਰੀਆਂ ਨੂੰ ਆਪਾਂ ਜਿੱਤੇ ਤੇ ਉਹ ਫਿਰ ਪ੍ਰਾਈਜ਼ ਲੈਣਗੇ ਕਹਿੰਦਾ ਅਮਰਸਰੀਓ ਦੇਖੋ ਕਿੱਦਾਂ ਬੋਲੇ ਉਹ ਖਦ ਮੈਨੂੰ ਲੱਗਾ ਮਾਜੇ ਤੋਂ ਸੀਗੇ ਮਾਜੇ ਤੇ ਹਾਂਜੀ ਹਾਂਜੀ ਉਹ ਕਹਿੰਦੇ ਵੀ ਉਹ ਗੱਲ ਸੁਣੋ ਪਿਆ ਕਪੂਰਥਲਾ ਤੁਹਾਡੀ ਇੱਕ ਤਹਿਸੀਲ ਚ ਡਾਇਆ ਵਾਹ ਜੀ ਉਹਨਾਂ ਨੂੰ ਕਹਿਣ ਲਿਆ ਵੇਖੋ ਮੇਰੇ ਕੋ ਅੱਜ ਬੋਲਦਾ ਉਹ ਆ ਤੁਸੀਂ ਕਹਿੰਦਾ ਉਹਦੇ ਚ ਉੱਤੇ ਸੀ ਮੇਰੇ ਦੋ ਐ ਜਿਹੜੀਆਂ ਮੋਟੀਆਂ ਧੋਣਾ ਕੱਢ ਕੇ ਤੁਰੇ ਫਿਰਦੇ ਆ ਉਹ ਕੁੱਟ ਕੇ ਤੁਹਾਨੂੰ ਲਾਂਬੇ ਕਰ ਗਿਆ ਵਾਹ ਜੀ ਵਾਹ ਚਲੋ ਗੱਲ ਨੂੰ ਅੱਗੇ ਤੋਰਦੇ ਆ ਇੱਕ ਤੁਹਾਡੇ ਨਾਲ ਹੋਰ ਘਟਨਾ ਜੁੜੀ ਹੋਈ ਆ ਵੀ ਕੈਰੋਂ ਸਾਹਿਬ ਨੇ ਇੱਥੇ ਤਾਂ ਤੁਹਾਨੂੰ ਚਲੋ ਘਿਓ ਦਾ ਪੀਪਾ ਦਿੱਤਾ ਤੇ ਇੱਕ ਮੱਝ ਦੀ ਗੱਲ ਜੁੜੀ ਹੋਈ ਹੈ ਤੁਹਾਡੇ ਨਾਲ ਵੀ ਤੁਹਾਨੂੰ ਮੱਝ ਵੀ ਉਹਨਾਂ ਨੇ ਇਨਾਮ ਵਜੋਂ ਦਿੱਤੀ ਸੀ ਉਹ ਕਿੱਥੇ ਦੀ ਗੱਲ ਕੀ ਕਟਵਾਂ ਉਹ ਗੱਲ ਇਸ ਤਰ੍ਹਾਂ ਸੀ ਜੀ ਵੀ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਪਹਿਲਾਂ ਮੇਰੇ ਜਦ ਮੈਂ ਹੁਣ ਇੱਥੇ ਵੀ ਤੁਹਾਨੂੰ ਦੱਸ ਦਿੰਦਾ ਕੈਰੋਂ ਸਾਹਿਬ ਮੇਰੇ ਇੰਨਾ ਨੇੜੇ ਹੋ ਗਿਆ ਸੀ ਤੁਹਾਡੇ ਖੇਡ ਦੇ ਕਰਕੇ ਖੇਡ ਕਰਕੇ ਤੇ ਜਦੋਂ ਅਸੀਂ ਫਿਰ ਰੱਖਿਆ ਆਪਣੇ ਪਿੰਡ ਟੂਰਨਾਮੈਂਟ ਠੀਕ ਹੈ ਜੀ ਟੂਰਨਾਮੈਂਟ ਰੱਖਿਆ ਤੇ ਡੀਸੀ ਸਾਹਿਬ ਸਾਡੇ ਗਏ ਉਹਨਾਂ ਕੋਲ ਜੀ ਵੀ ਅਸੀਂ ਹੁਣ ਤਕੜਾ ਟੂਰਨਾਮੈਂਟ ਕਰਾ ਰਹੇ ਹਾਂ ਸਰ ਤੇ ਤੁਸੀਂ ਆਉਣਾ ਕਿਉਂ ਮੈਂ ਤੇ ਰੁਤਖ ਖੜਾ ਕਿੱਥੇ ਜਾਣਾ ਮੈਂ ਤਾਂ ਉਹ ਤੇ ਕਹਤਾ ਤੇ ਨੇਮਰ ਜਸਾ ਦਾ ਮੈਂ ਤੇ ਹੋਰ ਮਿਨਿਸਟਰ ਭੇਜ ਦਊ ਤੁਹਾਨੂੰ ਠੀਕ ਹੈ ਮੇਰ ਨਾਲ ਪਿਆਰ ਬੜਾ ਉਹਨਾਂ ਦਾ ਹੀ ਅੱਛਾ ਜੀ ਅਸੀਂ ਬੈਠੇ ᱛਿਆਂ ਕਿ ਡੀਸੀ ਨੇ ਕਹਿਤਾ ਹੋ ਯਾਰ ਇਹ ਕੰਮ ਕਰੋ ਹੁਣ ਤੁਸੀਂ ਆਪਣੇ ਕਰ ਲਓ ਤੇ ਜਿਹੜਾ ਕੋਈ ਹੈਗਾ ਮਿਨਿਸਟਰ ਆਊਗਾ ਆਪਾਂ ਕੰਮ ਕਰ ਦਾਂਗੇ ਉਮੀਦੀ ਹੁਣ ਹੋਰ ਕੀ ਆ ਹਾਂਜੀ ਠੀਕ ਹੈ ਜੀ ਹੁਣ ਥੋੜੀਆਂ ਜੀਆਂ ਗੱਲਾਂ ਕਰਦੇ ਆ ਤੁਹਾਡੇ ਕਾਫੀ ਜੀਵਨ ਦੇ ਬਾਰੇ ਸਾਨੂੰ ਪਤਾ ਲੱਗ ਗਿਆ ਜਿਹੜੀ ਅੱਜ ਦੀ ਕਬੱਡੀ ਹੁਣ ਚੱਲ ਰਹੀ ਆ ਤੁਹਾਡੇ ਵੇਲੇ ਹੁੰਦੀ ਸੀ ਵੀ ਕੋਈ 30 ਸੈਕਿੰਡ ਦਾ ਟਾਈਮ ਹੀ ਨਹੀਂ ਸੀਗਾ ਤੇ ਜਿੱਦਾਂ ਅਸੀਂ ਗੱਲਾਂ ਕਰਦੇ ਰਹਨੇ ਆ ਪੁਰਾਣੇ ਖਿਡਾਰੀਆਂ ਦੇ ਨਾਲ ਤੇ ਕਹਿੰਦੇ ਦਾ ਪੇਚ ਵਾਲਾ ਵੀ ਬਹੁਤਾ ਘੱਟ ਸੀ ਤੇ ਸਿੱਧਾ ਜ਼ੋਰ ਜਿਹੜਾ ਜ਼ਿਆਦਾ ਸੀਗਾ ਹੁਣ ਵੀ ਤੁਸੀਂ ਕਬੱਡੀ ਦੇਖਦੇ ਆ ਮੈਂ ਦੇਖਦਾ ਤੁਸੀਂ ਟੂਰਨਾਮੈਂਟ ਦੇ ਵਿੱਚ ਜਾਂਦੇ ਹੀ ਰਹਿੰਦੇ ਆ ਉਦੋਂ ਦੀ ਕਬੱਡੀ ਤੇ ਹੁਣ ਦੀ ਕਬੱਡੀ ਦੇ ਵਿੱਚ ਕਿੰਨਾ ਤੁਹਾਨੂੰ ਫਰਕ ਲੱਗਦਾ ਜੀ ਦੇਖੋ ਇਹ ਕਿਤੇ ਜਿਹੜੇ ਟਾਈਮ ਦੀ ਗੱਲ ਹੈ ਨਾ ਹਾਂਜੀ ਉਹ ਟਾਈਮ ਤੇ ਉੱਥੇ ਜਦੋਂ ਪਾਕਿਸਤਾਨ ਮੈਂ ਟੀਮ ਲੈ ਗਿਆ ਨਾ ਉਦੋਂ ਸਾਡੇ ਇੱਥੇ ਬੈਠ ਕੇ ਮੀਟਿੰਗ ਹੋਈ ਉਹਨਾਂ ਨਾਲ ਪਾਕਿਸਤਾਨੀਆਂ ਹਾਂਜੀ ਉਹ ਸੀ ਗੁੰਗੀ ਕਬੱਡੀ ਕਹਿੰਦੇ ਅਸੀਂ ਖੇਡਣੀ ਆ ਤੇ ਮੈਂ ਕਿਹਾ ਅਸੀਂ ਸਾਡੀ ਸਾਹ ਵਾਲੀ ਕਬੱਡੀ ਹੋਣੀ ਉਹ ਵੀ ਮੰਨੇ ਨਹੀਂ ਫਿਰ ਕਹਿਣ ਲੱਗੇ ਮੈਂ ਕਿਹਾ ਚਲੋ ਫਿਰ ਤੁਸੀਂ ਨਹੀਂ ਹੁਣ ਅਸੀਂ ਤੁਹਾਡੇ ਕੋਲ ਆਏ ਆ ਲੋਰ ਖੇਡਣ ਤੇ ਤੁਸੀਂ ਮੈਨੂੰ ਦੱਸੋ ਕਿੰਨਾ ਤੁਸੀਂ ਕਹਿੰਦਾ ਮੈਨੂੰ ਦੱਸੋ ਮੈਂ ਕਹਾਂ ਜੀ ਚਲੋ ਸ਼ਾਂਤੀ ਟਾਈਮ 30 ਸਕੰਡ ਦੇ ਦਿਓ 30 ਸਕੰਡ ਦੇ ਦਿਓ ਇਹ ਕਿਹੜੇ ਯੀਅਰ ਦੀ ਗੱਲ ਹੈ ਜੀ ਇਹ 79 ਦੀ 7975 ਦੀ ਠੀਕ ਹੈ ਜੀ 79 ਠੀਕ ਹੈ ਜੀ ਤੇ ਉਹ ਫਿਰ ਕਹਿਣ ਲੱਗੇ ਵੀ ਨਹੀਂ ਐ ਜੋ ਮੈਂ ਕਹਾ ਫਿਰ ਤੁਸੀਂ 25 ਦਾ ਚੰਦ 25 ਮਿੰਟ ਸਕੰਡ ਦੇ ਦਿਓ ਠੀਕ ਹੈ ਜੀ ਉਹ ਕਹਿੰਦਾ ਨਹੀਂ 30 ਸਕੰਡ ਦੇ ਦਿੰਦੇ ਆ ਠੀਕ ਹੈ ਕੋਆਪਰੇਟ ਕੀਤਾ ਉਹਨਾਂ ਨੇ ਕੋਆਪਰੇਟ ਕੀਤਾ ਤੇ ਖੇਡੇ ਤੁਸੀਂ ਤੁਸੀਂ ਅੱਜ ਜੇ ਤੁਹਾਨੂੰ ਪੁੱਛਿਆ ਜਾਵੇ ਜਿੱਦਾਂ ਅੱਗੇ ਪਛਾਣ ਹੁੰਦੀ ਸੀ ਕਬੱਡੀ ਦੀ ਮਤਲਬ ਜਦੋਂ ਮੇਚ ਲੱਗਦਾ ਸੀ ਕਿਤੇ ਨਾ ਪਿੰਡ ਦੇ ਮੁੰਡੇ ਮਿਹਨਤ ਕਰਦੇ ਸੀ ਪਿੰਡ ਦੇ ਦੂਜੇ ਪਾਸੇ ਸੁਣਦਾ ਸੀ ਕਬੱਡੀ 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 ਹੁੰਦੀ ਅੱਜ ਜਿਹੜੀ ਕਬੱਡੀ ਇੱਕ ਤਰ੍ਹਾਂ ਦੀ ਮੇਰੇ ਸਹਾਰਾ ਜਿਹੜੇ ਤੁਸੀਂ ਸ਼ਬਦ ਵਾਰਤ ਗਏ ਹੋੜੇ ਗੁੰਗੀ ਕਬੱਡੀ ਮੈਨੂੰ ਲੱਗਦਾ ਪਛਾਹਦੇ ਇਹ ਗੁੰਗੀ ਕਬੱਡੀ ਹੋ ਗਈ ਆ ਕਿਉਂਕਿ ਸੈਕਿੰਡ ਦੇ ਹਿਸਾਬ ਨਾਲ ਕੰਮ ਚੱਲਦਾ ਰੀਡ ਪੈਂਦੀ ਆ ਅੱਜ ਜੇ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਫੈਸਲਾ ਕਰਨਾ ਕਿ 30 ਸੈਕਿੰਡ ਚਾਹੀਦੇ ਆ ਜਾਂ ਕਬੱਡੀ ਕਬੱਡੀ ਦਾ ਉਚਾਰਨ ਹੋਵੇ ਤੁਸੀਂ ਕਿਹਨੂੰ ਫੈਸਲਾ ਕਰ ਕਬੱਡੀ ਕਬੱਡੀ ਚ ਲੈ ਜਾਊਗਾ ਜਦੋਂ ਕਬੱਡੀ 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 ਉਹਨਾਂ ਵੇਲੇਆਂ ਦੇ ਦਰਸ਼ਕਾਂ ਨੂੰ ਪਤਾ ਜਦੋਂ ਦੂਰ ਸੁਣਦਾ ਹੁੰਦਾ ਸੀ ਪਤਾ ਲੱਗਦਾ ਜੀ ਵੀ ਕਿਸੇ ਬਸੇ ਮਿਹਨਤ ਲੱਗ ਰਹੀ ਹੈ ਖਿਡਾਰੀ ਖੇਡ ਰਹੇ ਆ ਤੇ ਉਹ ਚਲੋ ਸਮੇਂ ਦੇ ਨਾਲ ਸਾਰ ਕਿਉਂਕਿ ਤਬਦੀਲੀ ਜਿਹੜਾ ਹੈ ਉਹ ਨੇਚਰ ਦਾ ਨਿਜ਼ਮ ਹੈ ਕੁਦਰਤ ਦਾ ਨਿਜ਼ਮ ਹੈ ਤਬਦੀਲੀ ਹੁੰਦੀ ਹੈ ਅੱਜ ਦੀ ਖਿਡਾਰੀ ਹੈਗੀ ਖੇਡ ਜਿਹੜੀ ਚੱਲੀ ਆਉਂਦੀ ਆ ਬਦਲੀ ਆ ਖੇਡ ਕਾਫੀ ਤੇਜ਼ ਹੋਈ ਆ ਤੇ ਅੱਜ ਇੱਕ ਹੋਰ ਤੁਹਾਡੇ ਵੀ ਹਰ ਸਾਡੀ ਸਾਰੇ ਜਾਣਦੇ ਆ ਕਿ ਬੜਾ ਬੜੀ ਚਰਚਾ ਹੋ ਰਹੀ ਆ ਕਬੱਡੀ ਦੇ ਵਿੱਚ ਜਿਹੜਾ ਡਰੱਗ ਆ ਗਿਆ ਨਸ਼ਾ ਆ ਗਿਆ ਬਹੁਤ ਉਹਦੇ ਸੰਬੰਧੀ ਕਿਦਾਂ ਹਟ ਸਕਦਾ ਫੈਡਰੇਸ਼ਨਾਂ ਕੀ ਕਰਨ ਜਾਂ ਜਿਹੜੇ ਕਬੱਡੀ ਖੜਾਉਂਦੇ ਉਹ ਕੀ ਕਰਨ ਜਾਂ ਕੌਣ-ਕੌਣ ਇਹਦੇ ਵਿੱਚ ਯੋਗਦਾਨ ਪਾ ਸਕਦਾ ਕੀ ਸਰਕਾਰ ਵੀ ਪਾ ਸਕਦੀ ਆ ਮੈਂ ਤੁਹਾਨੂੰ ਦੱਸਦਾ ਸਰਕਾਰ ਦਾ ਤੇ ਧੰਦਾ ਵੀ ਬਣ ਕੇ ਵਿੱਚ ਸਰਕਾਰ ਵੀ ਵਰਤ ਲੈਂਦੀ ਆ ساری ਚੀਜ਼ ਇਹਦੇ ਜਿਹੜੀ ਆ ਤੇ ਅਸੀਂ ਬਹੁਤਾ ਗੱਲ ਨਹੀਂ ਕਰ ਸਕਦੇ ਠੀਕ ਹੈ ਜੀ ਇਹ ਜਿਹੜੀ ਗੱਲ ਸੀਗੀ ਨਾ ਵੀ ਸਾਡੇ ਪਲੇਅਰਾਂ ਲਈ ਮੈਂ ਤੁਹਾਨੂੰ ਦੱਸਦਾ ਮੈਂ ਮੇਰੇ ਤੇ ਜਿੱਥੋਂ ਮੈਂ ਲਿਆ ਗੱਲ ਏ ਕਿਉਂ ਮੈਂ ਸਾਰੀ ਟੀਮ ਜਿਹੜੀਆਂ ਇੱਥੋਂ ਕਬੱਡੀ ਜਿਹੜੇ ਖੜੀ ਆ ਜਿੱਥੋਂ ਲੈ ਕੇ ਮੇਰਾ ਖਿਆਲ ਆ ਹਰ ਕੰਟਰੀ 'ਚ ਮੈਂ ਗਿਆ ਯਾ ਗਏ ਦੀ ਮਾਰ ਖੜ ਕੇ ਖੜਾਈਆਂ ਉੱਥੋਂ ਟੀਮਾਂ ਇਧਰ ਲੈਂਦੀਆਂ ਫਿਰ ਇਹਨਾਂ ਨੂੰ ਇਹਨਾਂ ਨੂੰ ਵੀ ਪਹਟਾਲਤਾ ਹੈ ਆਪਣੇ ਨਹੀਂ ਆਪਣਾ ਵੀ ਰੋਣਾ ਨੂੰ ਆਪਣਾ ਮਕਸਦ ਇੱਥੇ ਆਉਂਦਾ ਹੈ ਬਿ ਜਿਹੜਾ ਕਬੱਡੀ ਦੇ ਵਿੱਚ ਡਰੱਗ ਐਂਟਰ ਕਰ ਗਿਆ ਇਹ ਤੋਂ ਕੋਈ ਮੁੱਕਰ ਨਹੀਂ ਸਕਦਾ ਅੱਜ ਦੀ ਖੇਡ ਦੇ ਵਿੱਚ ਹਾਂ ਨਹੀਂ ਉਹ ਚਾਹੇ ਕੋਈ ਪੇਨ ਕਲਰ ਲੈ ਰਿਹਾ ਚਾਹੇ ਕੋਸਟੀਰੋਇਡ ਲੈ ਰਿਹਾ ਚਾਹੇ ਕੋਈ ਕੋਈ ਹੋਰ ਕੈਮੀਕਲ ਜਿਹੜਾ ਮੈਡੀਕਲ ਦਵਾਈ ਕੋਈ ਲੈ ਰਿਹਾ ਖਿਡਾਰੀ ਉਹਨਾਂ ਤੋਂ ਦੂਰ ਕਰਨ ਲਈ ਪੂਨੋ ਤਾਂ ਦੂਰ ਕਰਨੇ ਕੀ ਕੀ ਉਪਰਾਲੇ ਹੋਣੇ ਚਾਹੀਦੇ ਖੜਾ ਰੀਆਂ ਨੂੰ ਕੀ ਦੱਸਿਆ ਜਾ ਸਰ ਮੈਂ ਤਾਂ ਇੱਕ ਤੁਹਾਨੂੰ ਗੱਲ ਦੱਸਾਂ ਮੇਰੇ ਕੋਲ ਇਹ ਗੱਲ ਹੈ ਜੀ ਆ ਵੀ ਉਦੋਂ ਮੈਂ ਵੇਖਦਾ ਸੀਗਾ ਕਿ ਜਦੋਂ ਕਬੱਡੀ ਦੀਆਂ ਟੀਮਾਂ ਖੜਦੇ ਸੀ ਨਾ ਉਧਰ ਹਾਂਜੀ ਤੇ ਜਿਹੜੇ ਉਧਰੋਂ ਬੰਦੇ ਸੀ ਉਹਨਾਂ ਨੇ ਉੱਥੋਂ ਖੜ ਲੈਂਦੇ ਸੀਗੇ ਜਿਹੜੇ ਬੜੇ ਥੋੜੇ ਬੜੇ ਸਰਦਾਰ ਟਾਈਪ ਬੰਦੇ ਸੀ ਉਹਨਾਂ ਨੇ ਉਧਰੋਂ ਪੈ ਪੂਰੇ ਇਕੱਠੇ ਕਰ ਲੈਂਦੇ ਕਿੱਧਰੋਂ ਤੁਸੀਂ ਕਿਧਰੋਂ ਦੀ ਗੱਲ ਕਰਦੇ ਹੋ ਕਿਥੇ ਕਰ ਲੋ ਇੰਗਲੈਂਡ ਦੀ ਕਰ ਲੋ ਵਿਦੇਸ਼ਾਂ ਦੀ ਵਿਦੇਸ਼ਾਂ ਦੀ ਵਿਦੇਸ਼ਾਂ ਦੀ ਤੇ ਉਹਨਾਂ ਨੇ ਉਧਰੋਂ ਜਿਹੜੇ ਬੰਦੇ ਉਨਰੇ ਹੀ ਉਹਨਾਂ ਇਧਰ ਟੀਮਾਂ ਲਿਆਉਣੀਆਂ ਠੀ ਤੇ ਮੁੰਡਿਆਂ ਨੂੰ ਮੁੱਲ ਲੈ ਲੈਣਾ ਸਾਡਿਆਂ ਨੂੰ ਜੇ ਉਧਰ ਜਾ ਖੇਡਣਾ ਤੇ ਇਹਨਾਂ ਨੇ ਉਧਰ ਲੈ ਜਣੇ ਠੀਕ ਹੈ ਜੀ ਅੱਛਾ ਉਹਨਾਂ ਨੂੰ ਇਹਨਾਂ ਖਲੋਣਾ ਵੀ ਆ ਲਾ ਫੜੋ ਕਿੰਨੇ ਤਗੜੇ ਹੋਵੋ ਤਗੜੇ ਬਣੋ ਅੱਛਾ ਤੁਹਾਡੇ ਕਹਿਣ ਦਾ ਪਪ ਜਿਹੜੇ ਵਿਦੇਸ਼ੀ ਪ੍ਰਮੋਟਰ ਪਹਿਲੇ ਹੋਣਗੇ ਉਹਨਾਂ ਨੇ ਵੀ ਇਸ ਚੀਜ਼ ਨਾਲ ਖਿਡਾਰੀਆਂ ਨੂੰ ਮਤਲਬ ਗਲਤ ਰਾਸੇ ਤੋਰਿਆ ਬਈ ਸਾਨੂੰ ਜਿੱਤ ਚਾਹੀਦੀ ਆ ਤੇ ਖਾ ਲੋ ਜੋ ਮਰਜੀ ਜੋ ਮਰਜੀ ਤੇ ਨੇ ਜੀ ਨਾਲੇ ਦੇਖੋ ਤੁਹਾਡੇ ਮਸਲ ਬੰਨੇ ਆ ਤੁਹਾਡੇ ਉਹ ਹੁਣ ਝੂਠ ਬੋਲ ਕੇ ਕਰਦੇ ਮੈਂ ਵੇਖੋ ਮੇਰੇ ਕੋਲ ਹਾਲੇ ਅਖਬਾਰ ਪਈਆਂ ਇੱਥੇ ਮੈਂ ਤਾਂ ਪੁਰਾਣਾ ਮੈਂ ਜਿੱਥੇ ਜਾਂਦਾ ਸੀ ਮੈਂ ਉੱਥੇ ਰੌਲਾ ਪਾਉਂਦਾ ਸੀ ਓਏ ਕਿਉਂ ਮਾਰਦੇ ਨੇ ਸਾਡੇ ਖਿਡਾਰੀ ਕਿਉਂ ਮਾਰਦੇ ਨੇ ਖਿਡਾਰੀ ਠੀਕ 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 ਤੁਸੀਂ ਜੇ ਦਾ ਕਰਦੇ ਉਧਰ ਚਲ ਜੰਨੇ ਉਹ ਤੁਹਾਡਾ ਮਤਲਬ ਕਹਿਣ ਤੁਹਾਡੀ ਗੱਲ ਦਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਕਬੱਡੀ ਖੜਾ ਰਹੇ ਆ ਉਹ ਵੱਧ ਯੋਗਦਾਨ ਪਾ ਸਕਦੇ ਆ ਖਿਡਾਰੀਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਇਹ ਤੁਸੀਂ ਸੋਚਦੇ ਆ ਵੀ ਜਿਹੜੇ ਜਿਨ੍ਹਾਂ ਦੇ ਹੱਥ ਦੇ ਵਿੱਚ ਇਸ ਵੇਲੇ ਕਬੱਡੀ ਦੀ ਜਿਹੜੀ ਵਾਕਡੋਰ ਹੈਗੀ ਆ ਜਿਹੜੇ ਕਬੱਡੀ ਖੜਾ ਰਹੇ ਖਿਡਾਰੀਆਂ ਨੂੰ ਉਹ ਚਾਹੇ ਪ੍ਰਮੋਟਰ ਆ ਚਾਹੀ ਕੋਚ ਆ ਤੇ ਚਾਹੀ ਪ੍ਰਮੋਟਰਾਂ ਤੋਂ ਫਰਕ ਪਿਆ ਜੀ ਮੈਂ ਹਾਂਜੀ ਪ੍ਰਮੋਟਰ ਜਿਹੜੇ ਆ ਉਹ ਉਹਨਾਂ ਨੂੰ ਵੱਧ ਤੋਂ ਵੱਧ ਅੱਗੇ ਆਉਣਾ ਪਏਗਾ ਵੀ ਤੁਸੀਂ ਜਿਹੜਾ ਇਸ ਅ ਡਰੱਗ ਦੀ ਲਾਹਣਤ ਆ ਇਹ ਤੋਂ ਦੂਰ ਰਹਿਣਾ ਤੇ ਤੁਸੀਂ ਆਪਣੇ ਵੱਲੋਂ ਨਵੇਂ ਜਿਹੜੇ ਖਿਡਾਰੀ ਕਿਉਂਕਿ ਤੁਸੀਂ ਐਨੇ ਖਿਡਾਰੀ ਤੁਹਾਡੇ ਸ਼ਗਿਰਦ ਹੋਏ ਆ ਵੱਡੇ ਤੋਂ ਵੱਡੇ ਹੋਏ ਆ ਜਿਹੜੇ ਹੁਣ ਤੁਹਾਨੂੰ ਮੈਂ ਪਹਿਲੀ ਪੀੜੀ ਦੇ ਜਿਹੜੇ ਸਟਾਰ ਕਬੱਡੀ ਖਿਡਾਰੀ ਕਹਿ ਸਕਦਾ ਕਿਉਂਕਿ ਤੁਹਾਰ ਤੋਂ ਬਾਅਦ ਫਿਰ ਹੋਰ ਅਗਲੀਆਂ ਪੀੜੀਆਂ ਜਿਹੜੀਆਂ ਕਬੱਡੀ ਦੀਆਂ ਚੱਲੀਆਂ ਹੁਣ ਜਿਹੜੀ ਤੀਜੀ ਪੀੜੀ ਚੱਲ ਰਹੀ ਆ ਉਸ ਪੀੜੀ ਨੂੰ ਤੁਹਾਡਾ ਸੁਝਾਅ ਕੀ ਆ ਪਈ ਉਹ ਕਬੱਡੀ 'ਚ ਅੱਗੇ ਵਧਣ ਲਈ ਕੀ ਕੀ ਕਰਨ ਕਿਹਨਾ ਚੀਜ਼ਾਂ ਤੋਂ ਬਚਣ ਦੇਖੋ ਜੀ ਅਸੀਂ ਤਾਂ ਜਿੱਥੇ ਵੀ ਜਾਣੇ ਆ ਕੋਸ਼ਿਸ਼ ਇਹੋ ਕਰਦੇ ਆ ਉਹਨਾਂ ਨੂੰ ਸਮਝਾਉਣੇ ਆ ਬਚਾਉਣੇ ਆ ਬਿੰਦੇ ਕਾਕਾ ਇਹਦੇ ਵਿੱਚ ਤੁਹਾਨੂੰ ਕੋਈ ਗੱਲ ਨਹੀਂ ਗਈ ਫਿਰ ਉਹਨਾਂ ਨੂੰ ਸ਼ੋਅ ਕਰਦੀ ਦਾ ਬੰਦਾ ਜਿਹੜਾ ਮਰਦੇ ਮੁੰਡੇ ਬਹੁਤ ਮਰਦੇ ਸਾਡੇ ਉਹਨਾਂ ਨੂੰ ਸ਼ੋਅ ਕਰੀ ਦੇਆ ਵੇ ਕਾਕਾ ਜੇ ਤੁਸੀਂ ਆ ਕੀਤਾ ਤੇ ਉਹ ਕੰਮ ਹੋਣਾ ਦੋਟ ਤੇ ਤੁਸੀਂ ਸਰਕਾਰ ਤੋਂ ਕਿਉਂਕਿ ਜਿਹੜਾ ਵੀ ਕੋੜਾਰੀ ਕੋਈ ਖੇਡ ਦਾ ਕਬੱਡੀ ਕਿਉਂਕਿ ਜ਼ਿਆਦਾਤਰ ਤਾਂ ਜਿਹੜੇ ਤਕੜੇ ਪਰਿਵਾਰ ਹੋ ਜਾਂਦੇ ਉਹਨਾਂ ਦੇ ਬੱਚੇ ਅੱਜਕੱਲ੍ਹ ਜਾਂ ਅਪ੍ਰਿਸ਼ਾਂ ਦੇ ਵਿੱਚ ਜਾ ਕੇ ਸੈੱਟ ਹੋ ਜਾਂਦੇ ਆ ਤੇ ਮੇਰੇ ਹਿਸਾਬ ਨਾਲ ਤਾਂ ਕਬੱਡੀ ਜਿਹੜੇ ਅੱਜਕੱਲ੍ਹ ਉਹੀ ਪਰਿਵਾਰਾਂ ਦੇ ਨਿਆਣੇ ਖੇਡ ਰਹੇ ਜਿਹੜੇ ਥੋੜੀ ਜਿਹਾ ਸਟਰਗਲ ਦੇ ਵਿੱਚ ਚੱਲ ਰਹੇ ਆ ਹਾਂ ਕਿਉਂਕਿ ਕਬੱਡੀ ਨੇ ਕਈਆਂ ਖਿਡਾਰੀਆਂ ਦੀ ਗਰੀਬੀ ਤੋੜੀ ਆ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਆ ਵੀ ਖਿਡਾਰੀਆਂ ਨੂੰ ਕਬੱਡੀ ਨੂੰ ਪ੍ਰਮੋਟ ਕਰਨ ਲਈ ਉਹ ਖਿਡਾਰੀਆਂ ਨੂੰ ਕਿਹੋ ਜਿਹੀ ਸਹੂਲਤ ਦੇਣਾ ਉਹਨਾਂ ਨੂੰ ਨੌਕਰੀ ਦੇਣ ਜਾਂ ਉਹਨਾਂ ਨੂੰ ਕੋਈ ਹੋਰ ਫਾਈਨੈਂਸ਼ੀਅਲ ਸਪੋਰਟ ਦੇਣ ਜਾਂ ਕਿਹੋ ਜਿਹਾ ਤੁਸੀਂ ਸੋਚਦੇ ਆ ਦੇਖੋ ਜਦੋਂ ਮੈਂ ਆਪਣੇ ਇੱਥੇ ਵੇਲੇ ਦੇ ਕਿਰਾਏ ਸੀ ਜ ਤੇ ਮੈਂ ਜਾ ਕੇ ਉੱਥੇ ਡੀਜੀਪੀ ਨੂੰ ਕਹਿ ਕੇ ਇਹਨਾਂ ਨੂੰ ਭਾਰਤੀ ਕਰਾਤਾ ਪੁਲਿਸ ਚ ਤੇ ਜਾ ਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਖੜਾਇਆ ਖੜਾਇਆ ਫਿਰ ਮੈਂ ਇੱਥੋਂ ਤੜਕੇ ਦੌੜ ਜਾਣਾ ਇਹਨਾਂ ਕੋਲ ਤੇਨੂੰ ਖਿਡਾ ਕੇ ਆਣ ਕੇ ਤੇ ਫਿਰ ਅਸੀਂ ਆਪਣੇ ਵੀ ਹਾਕੀ ਦੇ ਨਾਲ ਇਹਦੇ ਮੈਂ ਵੀ ਜਦੋਂ ਕਿਸੇ ਖਿਡਾਰੀ ਨੂੰ ਜੌਬ ਮਿਲ ਜਾਂਦੀ ਆ ਤਾਂ ਉਹਨੂੰ ਇੱਕ ਤਰ੍ਹਾਂ ਹੋ ਜਾਂਦਾ ਵੀ ਐਨੇ ਹੀ ਪੈਸੇ ਮੈਨੂੰ ਮਹੀਨੇ ਬਾਅਦ ਆਉਣੇ ਆ ਤੇ ਮੈਂ ਆਪਣੀ ਖਰਾਕ ਖਾ ਸਕਦਾ ਜਾਂ ਮੈਂ ਆਪਣੇ ਘਰ ਕੁਝ ਦੇ ਸਕਦਾ ਤਾਂ ਉਹਦੀ ਕਬੱਡੀ ਦੇ ਵਿੱਚ ਉਹਦੀ ਖੇਡ ਦੇ ਵਿੱਚ ਨਖਾਰ ਆਉਣਾ ਅੱਛਾ ਤੁਹਾਡੀ ਹੁਣ ਗੱਲ ਕਰਨੀ ਜ਼ਿੰਦਗੀ ਦੇ ਵਿੱਚ ਤੁਸੀਂ ਦੋ ਗੱਲਾਂ ਕਰਨੀਆਂ ਜੀ ਆਪਾਂ ਇੱਕ ਤਾਂ ਕਰਨੀ ਹੈਗੀ ਵੀ ਤੁਹਾਡਾ ਆਪਣਾ ਜ਼ਿੰਦਗੀ ਦਾ ਜਾਗਦਗਾਰ ਜਿਹੜਾ ਮੈਚ ਜਿਹੜਾ ਤੁਹਾਡਾ ਸਭ ਨਾਲ ਤਕੜਾ ਮੈਚ ਤੁਹਾਨੂੰ ਲੱਗਦਾ ਵੀ ਮੈਂ ਇਹ ਤੋਂ ਤਕੜਾ ਹੋਰ ਖੇਡ ਨਹੀਂ ਸਕਦਾ ਇਹ ਟੌਪ ਹੈ ਮੈਚ ਇੱਕ ਤੁਸੀਂ ਉਹ ਦੱਸਣਾ ਤੇ ਇੱਕ ਤੁਸੀਂ ਵਿਦੇਸ਼ਾਂ ਦੇ ਵਿੱਚ ਕਿੱਥੇ ਕਿ ਇਹ ਕਿਸਨੂੰ ਦੱਸੂ ਦੂਗਲਾ ਸਾਡੇ ਨਾਲ ਸਾਂਝੀਆਂ ਕਰੋ ਦੇਖੋ ਛਾਲ ਬੱਡੀ ਸਾਡੀ ਨਾਲ ਗੱਲ ਦੱਸਦਾ ਨਾ ਕਿ ਜਦੋਂ ਮੈਂ ਪਹਿਲਾਂ ਤੇ ਵਿਦੇਸ਼ਾਂ ਦੇ ਵਿੱਚ ਇਸ ਢੰਗ ਨਾਲ ਜਾ ਨਹੀਂ ਸਕਿਆ ਖੇਡਣ ਨਹੀਂ ਗਏ ਤੁਸੀਂ ਕਿਉਂ ਇਹ ਮੇਰੇ ਇਹਨਾਂ ਸਾਡੀ ਸਾਡੀ ਜਿਹੜੀ ਪੰਜਾਬ ਸਪੋਰਟਸ ਡਿਪਾਰਟਮੈਂਟ ਸੀਗਾ ਇਹਨਾਂ ਨੇ ਕਰ ਲਿਆ ਕਿ ਜੇ ਉਹਨਾਂ ਨੇ ਉਹ ਕੰਮ ਕੀਤਾ ਤਾਂ ਤੁਸੀਂ ਇੱਧਰ ਆਪਣੇ ਬੰਦਿਆਂ ਨਾਲ ਕੱਢੋ ਟੀਮਾਂ ਬਣਾਓ ਠੀਕ 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 ਮੈਂ ਮੇਰੀ ਚੱਲ ਗਿਆ ਮੈਂ 3 ਮਹੀਨੇ ਇੰਗਲੈਂਡ ਗਿਆ ਉੱਥੇ ਕੀਤਾ ਉੱਥੇ ਵੀ ਮੈਂ ਉਹਨਾਂ ਨੂੰ ਤੇਜ਼ੇ ਕੋਚ ਤੋਂ ਸੀ ਟੀਮਾਂ ਲੈ ਕੇ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਆ ਹਾਂ ਤੇ ਚਲੋ ਤੁਹਾਡਾ ਮੈਂਚ ਦੱਸੋ ਜੀ ਉਹ ਜਿਹੜਾ ਆਪ ਨੂੰ ਤੁਹਾਡਾ ਜਿੰਦਗੀ ਦੇ ਹੱਲੇ ਤੱਕ ਯਾਦ ਆਈ ਜਾਂਦਾ ਵੀ ਮੇਰੇ ਗੱਲ ਸੁਣੋ ਤੁਸੀਂ ਉੱਥੇ ਦੇਖੋ ਨਾ ਮੇਰੀ ਗੱਲ ਸੁਣੋ ਮੈਂ ਉੱਥੇ ਜਦੋਂ ਚਲਾ ਗਿਆ ਤੇ ਮੈਂ ਮੁੰਡਿਆਂ ਨੂੰ ਉਹਨਾਂ ਨੇ ਖੇਡਾਉਂਦਾ ਸੀ ਹਾਂਜੀ ਤੇ ਜਿਹੜੇ ਇੱਥੋਂ ਪੁਰਾਣੇ ਬੰਦੇ ਮੈਨੂੰ ਖੇਡ ਕੇ ਦੇਖਣ ਗਏ ਸੀ ਤੇ ਉਹਨਾਂ ਨੇ ਉੱਥੇ ਕਹਿਤਾ ਵੀ ਸ਼ਰਮਣ ਦੀ ਕਬੱਡੀ ਸਾਨੂੰ ਦਿਖਾ ਲਾਓ ਤੇ ਅੱਡੀ ਉੱਥੇ ਖੇਡਿਆ ਇੱਥੇ ਖੇਡਾ ਬਾਦਸ਼ਾਹ ਜੀ ਮੈਂ ਕਹਾਂ ਬਹੁਤ ਅੱਛਾ ਜੀ ਮੈਂ ਕਹਾਂ ਨਹੀਂ ਮੈਂ ਹੁਣ ਤੇ 7 ਸਾਲ ਹੋ ਗਏ ਮੈਂ ਹੁਣ ਕੋਚ ਤੇ ਮੇਰਾ ਹੁਣ ਮੂਡ ਨਹੀਂ ਰਹਿੰਦਾ ਖੇਡਣ ਦਾ ਸਦਾ ਮਰਾਉ ਸੋਨ ਵੀ ਗਏ ਸੀ ਪਰ ਉਹ ਪਹਿਲਾਂ ਹੋਰ ਕਿਤੇ ਜਾ ਕੇ ਉਹ ਯਾਦ ਹੈ ਜੀ ਇੰਗਲੈਂਡ ਦਾ ਕਿਹੜਾ ਸ਼ਹਿਰ ਸੀ ਉਹ ਬਰਮਿੰਗਮ ਬਰਮਿੰਗਮ ਚ ਅੱਛਾ ਜੀ ਠੀਕ ਠੀਕ ਬੜੇ ਪੰਜਾਬੀ ਰਹਿੰਦੇ ਨੇ ਉੱਥੇ ਬਹੁਤ ਤੇ ਮੈਂ ਕਹਾਂ ਤੇ ਵੀ ਮੈਨੂੰ ਨਾ ਨਾ ਖੜਾਓ ਉਹ ਕਹਿੰ ਲਗੀ ਨਹੀਂ ਕਾਕਾ ਤੂੰ ਖੇਡ ਤੱਕ ਕੇ ਖੇਡੇ ਆਇਆ ਜੇ ਲੋਕਾਂ ਨੇ ਚਾਇਆ ਆ ਮੇਰੇ ਕੋ ਆ ਗਿਆ ਕੱਟੇ ਹੋਗੇ ਠੀਕ ਹੈ ਜਸਾਲੂਨ ਕਢਾ ਦਿਓ ਫਿਰ ਕਿਦਾਂ ਹੋਈ ਜੀ ਮੈਂ ਕਪੜੇ ਲਾ ਲੈ ਅੱਛਾ ਕਹਿੰਦੇ ਸੀ ਐਸੀ ਕੋਚ ਤੁਸੀਂ ਟੀਮ ਦੇ ਨਾਲ ਗਏ ਆ ਤੇ ਵਿੱਚ ਟੀਮ ਦੇ ਖੇਡਣ ਲੱਪੇ ਨਹੀਂ ਟੀਮ ਗਈ ਨਹੀਂ ਸੀ ਉਦੋਂ ਹਾਲੇ ਉਦੋਂ ਤੋਂ ਮੈਂ ਟ੍ਰੇਨਿੰਗ ਦੇਣ ਗਿਆ ਸੀ ਉਹਨਾਂ ਨੂੰ ਟ੍ਰੇਨਿੰਗ ਦੇਣ ਉਹਨਾਂ ਦੀ ਟੀਮ ਨੂੰ ਟ੍ਰੇਨਿੰਗ ਦੇਣ ਗਿਆ ਉਹਨਾਂ ਦੀ ਟੀਮ ਟ੍ਰੇਨਿੰਗ ਦੇਣ ਗਿਆ 3 ਮਹੀਨੇ ਲਈ ਇਹਨਾਂ ਮੈਨੇ ਠੀਕ 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 ਫਿਰ ਮੈਂ ਉੱਥੇ ਖੇਡੇ ਆ ਠੀਕ ਹੈ ਤੇ ਲੋਕ ਬੜੇ ਖੁਸ਼ ਹੋਏ ਬੜੇ ਖੁਸ਼ ਹੋਏ ਕਿਦਾਂ ਦਾ ਲੱਗਾ ਜੀ ਮੈਚ ਮੈਚ ਠੀਕ ਸੀਗਾ ਮੈਂ ਤੇ ਫੜ ਨਹੀਂ ਫੇਰ ਉਹਨਾਂ ਤੋਂ ਬਾਜ ਬਾ ਮਤਲਬ 7 ਸਾਲ ਤੁ ਤੇ ਬਿਨਾ ਮਿਹਨਤ ਲਾਏ ਤੁਸੀਂ ਉਹ ਮੈਚ ਲਾ ਲਿਆ ਜੀ ਕੋਚਿੰਗ ਕੋਚਿੰਗ ਦੇ ਵਿੱਚ ਜੋ ਆਪ ਮਿਹਨਤ ਲਾ ਕੇ ਕਰੀ ਲੈਂਦਾ ਸੀਗਾ ਉਦੋਂ ਤੇ ਬਹੁਤਾ ਫਰਕ ਨਹੀਂ ਸੀ ਪਿਆ ਮੈਨੂੰ ਠੀਕ ਹੈ ਜੀ ਪਰ ਕੋਚਿੰਗ ਕਰਕੇ ਵੀ ਮੈਂ ਮੁੰਡਿਆਂ ਨਾਲ ਲੱਗਾ ਰਹਿੰਦਾ ਸੀ ਇੱਥੇ ਦੇਖੋ ਮੇਰੇ ਕੋਲ ਮੁੰਡੇ ਜਦੋਂ ਮੈਂ ਪੁਲਿਸ ਵਾਲੇ ਮੁੰਡੇ ਸੀ ਨਾ ਇੱਥੇ ਆਉਣੇ ਉਹਨਾਂ ਹਾਂਜੀ ਤੇ ਮੈਂ ਉਹਨਾਂ ਨੂੰ ਇੱਥੇ ਭਜਾਉਣਾ ਉਹ ਕਰਤਾਰਪੁਰ ਵਾਲੇ ਫਾਟਕ ਨੂੰ 7-8 ਮੀਲ ਆ ਪੂਰਾ ਠੀਕ ਹੈ ਜੀ ਉੱਥੇ ਲੈ ਜਾਣੇ ਫਿਰ ਉਹਨਾਂ ਨੂੰ ਪਟਪਾਉਂਦੇ ਪਰ ਕੋਣ ਦੇ ਇੱਥੇ ਲਿਆਉਣਾ ਲਾਓ ਯਾਪ ਜੀ ਨਹੀਂ ਆ ਨਾ ਨਹੀਂ ਮੈਂ ਤਾਂ ਆਪਣੀ ਲੱਗੀ ਆ ਆ ਯਾ ਮੈਂ ਤਾਂ ਆ ਗਿਆ ਐਕਸੀਡੈਂਟ ਦੋ ਤਿੰਨ ਤੁਹਾਨੂੰ ਆਪਣੇ ਵੇਲੇ ਦਾ ਜਿਹੜੇ ਤੁਹਾਡੇ ਵੇਲੇ ਤੁਹਾਡੇ ਸਾਥੀ ਸੀਗੇ ਪੰਜਾਬ ਪੂਰੇ ਦੇ ਵਿੱਚੋਂ ਤੁਹਾਡੀ ਉਮਰ ਦੇ ਸੀਗੇ ਉਹਨਾਂ ਦੇ ਵਿੱਚ ਉਸ ਵੇਲੇ ਰੇਡਰ ਕਿਹੜਾ ਵਧੀਆ ਲੱਗਦਾ ਸੀ ਤੁਹਾਨੂੰ ਰੇਡਰ ਇੱਕ ਤਾਂ ਠੀਕ ਸੀਗਾ ਜਿਹੜਾ ਤੋਖੀ ਨਿੱਕਾ ਸੀ ਨਾ ਤੋਖੀ ਨਿੱਕਾ ਜੀ ਤੇਜ਼ ਸੀਗਾ ਖੇਡਣ ਨੂੰ ਠੀਕ ਹੈ ਉਹ ਤੁਹਾਨੂੰ ਵਧੀਆ ਲੱਗਦਾ ਸੀ ਲੱਗਦਾ ਸੀ ਵਧੀਆ ਫਿਰ ਮੈਨੂੰ ਲੱਗਾ ਸੀਗਾ ਬਾਅਦ ਦੇ ਵਿੱਚ ਆਪਣਾ ਅਟਾ ਵੀ ਦੇ ਅਟਾ ਬਾਜ ਉਹ ਨਹਾਂ ਬਲੇਅਰ ਹੋਇਆ ਤੇ ਜਾਫੀਆਂ ਦੇ ਵਿੱਚੋਂ ਤੁਹਾਨੂੰ ਕਿਹੜਾ ਲੱਗਾ ਵੇ ਸਟਰੋਂਗ ਹੈਗਾ ਜਬਰਦਸਤ ਹੈਗਾ ਇਹ ਜਬਰਦਸਤ ਤੇ ਇੱਕ ਮੁੰਡਾ ਸੀ ਪਟਿਆਲੇ ਦਾ ਠੀਕ ਹੈ ਜੀ ਹਾਂ ਜੀ ਉਹਦਾ ਨਾਮ ਸ਼ੇਰ ਸਿੰਘ ਸੀ ਤਕੜਾ ਹੀ ਮੁੰਡਾ ਬਹੁਤ ਜਾਫੀ ਮੇਰੇ ਤਾਂ ਮੈਨੂੰ ਉਹ ਤਾਂ ਲੱਗਾ ਮੈਂ ਤਾਂ ਫੜਨੀ ਸੀ ਉਹਨ ਦਾ ਤੋਂ ਮੈਂ ਪ੍ਰੀਤੇ ਨੂੰ ਵਿੱਚ ਪਾਇਆ ਸੀ ਮੈਂ ਕਿਹਾ ਤੂੰ ਹੱਥ ਲਾ ਕੇ ਉਹਨੂੰ ਅਛਾ ਇਦਾਂ ਵੀ ਟਾਰਗੇਟ ਕਰਕੇ ਜਾਣਾ ਪਏ ਉਹਨੂੰ ਹੱਥ ਲਾਉਣ ਆਹੋ ਇਦਾਂ ਕਿਉਂ ਜੀ ਉਹ ਫਿਰ ਵਿਚਾਰਾ ਉਹ ਉਹ ਮੁੰਡਾ ਉੱਤੇ ਤਖੜਾ ਬਹੁਤ ਸੀ ਉਹ ਧੌਲਾ ਮਾਰ ਮਾਰ ਖੜਾ ਕਰਤਾ ਇਹਨੂੰ ਪ੍ਰੀਤ ਨੂੰ ਪ੍ਰੀਤ ਮੈਂ ਕੋਈ ਨਹੀਂ ਖੜਾ ਰੋ ਹੁਣ ਮੈਨੂੰ ਜਾਣ ਦੇ ਫਿਰ ਅੱਛਾ ਜੀ ਫਿਰ ਮੈਂ ਬੜਾ ਉਹਨਾਂ ਨਾਲ ਪਿੱੜ ਪੁੜ ਕੇ ਉਹਨਾਂ ਦੇ ਚੰਗਾ ਖਰਾਬ ਕੀਤਾ ਤੇ ਫਿਰ ਕਹਿੰਦਾ ਮੈਂ ਹੁਣ ਜਾਣ ਦੇ ਮੈਨੂੰ ਤਾਕੀ ਤਰ੍ਹਾਂ ਖੜਾ ਓ ਠੀਕ ਹੈ ਜੀ ਤੇ ਹੁਣ ਜਦ ਤੱਕ ਜਾ ਫਿਰ ਮੈਂ ਨਹੀਂ ਹੁਣ ਕੁਝ ਕਰਨਾ ਮੈਂ ਲੈ ਨਹੀਂ ਕੁੱਖ ਦੇ ਇੱਕ ਤੁਹਾਡਾ ਜੀਵਨ ਦਾ ਮੈਚ ਕਬੱਡੀ ਮੈਚ ਜੁੜਿਆ ਹੋਇਆ ਉਹ ਚੈਲ ਦੇ ਨਾਲ ਉਦੇ ਬਾਰੇ ਕੋਈ ਦੱਸੋ ਜੀ ਬੜਾ ਮੈਂ ਦੱਸਦਾ ਮੈਂ ਉਹ ਜਦੋਂ ਚੈਲ ਦੇ ਵਿੱਚ ਉੱਥੇ ਆਪਣੇ ਮਹਾਰਾਜਾ ਪਟਿਆਲਾ ਜਿਹੜੇ ਹੁੰਦੇ ਸੀ ਨਾ ਹਾਂਜੀ ਉਹਨਾਂ ਨੇ ਉੱਥੇ ਕ੍ਰਿਕਟ ਗਰਾਊਂਡ ਬਣਾਈ ਸੀ ਬਹੁਤ ਵੱਡੀ ਚੈਲ ਠੀਕ ਹੈ ਜੀ ਇਹ ਹਿਸ਼ਿਆਰ ਪਰ ਤੋਂ ਚੈਲ ਉੱਪਰ ਜਾ ਕੇ ਚੈਲ ਇੱਥੋਂ Shimla ਤੋਂ ਨਾਮ ਚਲੇ ਉੱਤੇ ਚਲ ਜਾਂਦਾ ਨਾ Shimla ਤੋਂ ਠੀਕ ਹੈ ਜੀ ਠੀਕ ਹੈ ਜੀ ਤੇ ਉੱਥੇ ਨਾ ਕਿਤੇ ਨਹਿਰੂ ਸਾਹਿਬ ਹਮੇਸ਼ਾ ਹੀ ਆਉਂਦੇ ਹੁੰਦੇ ਸੀ ਜਦੋਂ ਸਾਨੂੰ ਪਤਾ ਲੱਗਾ ਉੱਥੇ ਪਿਓ ਜੁਰ ਗਰਮੀਆਂ ਕੱਟਣ ਇੱਥੇ ਆਉਂਦੇ ਨੇ 15-20 ਦਿਨ ਮਹੀਨਾ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਠੀਕ ਆ ਜੀ ਤੇ ਇਹ ਜਦੋਂ ਇਹਨਾਂ ਨੇ ਇਹਦੇ ਮਨ ਚ ਆ ਗਈ ਕੈਰੋਂ ਸਾਹਿਬ ਦੇ ਵੀ ਇਹ ਜਿਹੜਾ ਮੈਚ ਆਪਾਂ ਇੱਥੇ ਕਰਾਉਣਾ ਹਿਮਾਚਲ ਪ੍ਰਦੇਸ਼ ਨੂੰ ਦੇਣਾ ਸੀ ਕਿ ਦਿੰਦੇ ਹੈ ਨਾ ਸਟੇਟ ਅਨਬਰ ਹਾਂ ਹਾਂਜੀ ਸੋ ਉਹਨਾਂ ਨੇ ਕਿਹਾ ਵੀ ਇੱਥੇ ਦੇ ਲੋ ਇੱਥੇ ਕਰ ਦਿੰਦੇ ਆ ਸਾਰਾ ਕਹਿ ਤੇ ਬਣਾ ਲਿਆ ਉਹਨਾਂ ਨੇ ਟੂਰਨਾਮੈਂਟ ਸਾਡੀ ਟੀਮਾਂ ਵੀ ਆ ਗਈਆਂ ਸਾਰੀਆਂ ਚਲੇ ਗਏ ਥੱਲੇ ਟੈਟਰ ਲਾਇਆ ਥੱਲੇ ਸਾਂ ਹਿੰਦੀ ਮੇ ਸਾਂ ਦੋਤੇ ਲੇ ਬੈਠੇ ਹੰਦੇ ਨੇ ਸਾਰੇ ਜੀ ਪਕਰਾਰੇ ਠੀਕ ਹੈ ਜੀ ਉਹ ਜਦੋਂ ਮੈਚ ਦਾ ਹੋਣੇ ਸ਼ੁਰੂ ਹੋਗਾ ਤੇ ਪ੍ਰਤਾਪ ਸੋਨਾ ਜਾ ਕੇ ਤੇ ਨਹਿਰੂ ਜੀ ਨੂੰ ਲੈ ਆਂਦਾ ਉਹਨਾਂ ਨੂੰ ਮੈਚ ਦਿਖਾ ਲਣ ਦੇ ਲਈ ਲੈ ਆਂਦਾ ਫਾਈਨਲ ਵਾਲੇ ਦੇ ਦਿੰਦਾ ਉਹਨਾਂ ਨੂੰ ਕਿੰਨੀਆਂ ਕਿ ਟੀਮਾਂ ਉਸ ਟੂਰਨਾਮੈਂਟ ਦੇ ਵਿੱਚ ਖੇਡੀਆਂ ਉੱਥੇ ਕਾਫੀ ਟੀਮਾਂ ਖੇਡੀਆਂ ਥੜੀਆਂ ਜੀ ਅੱਛਾ ਜੀ ਸਾਰੇ ਪੰਜਾਬ ਤੋਂ ਹੀ ਆਈਆਂ ਹੋਈਆਂ ਸੀ ਹਾਂ ਜੀ ਹਾਂ ਜੀ ਉਧਰ ਹਿਮਾਚਲ ਉਧਰੋਂ ਵੀ ਆਉਂਦੇ ਸੀ ਨਹੀਂ ਕਿਉਂਕਿ ਕੁਝ ਹੀ ਸੀਗੇ ਕੁਝ ਇਕੱਠਾ ਸੀ ਸਾਰਾ ਜੀ ਉਧਰੋਂ ਵੀ ਆਉਂਦੇ ਨੇ ਹਾਂ ਜੀ ਉਧਰੋਂ ਸਾਰੀਆਂ ਦੀ ਦੋ ਕਟ ਆਉਂਦੀਆਂ ਹੋਣਗੀਆਂ ਠੀਕ ਹੈ ਜੀ ਠੀਕ ਹੈ ਤੇ ਮੈਨੂੰ ਕਹਿੰਦਾ ਵੀ ਜਦੋਂ ਮੈਂ ਕਿਹਾ ਵੀ ਇੱਧਰ ਹੁਣ ਅਸੀਂ ਦੇਖਦੇ ਸੀ ਤੇ ਉਹ ਕਹਿਣ ਲੱਗੇ ਵੀ ਹੁਣ ਟੂਰਨਾਮੈਂਟ ਇੱਥੇ ਆ ਤੇ ਚਲੋ ਹੁਣ ਚੱਲ ਤਗੜੇ ਹੋ ਬੱਚੋ ਉਹ ਸਾਡੇ ਜਿਹੜਾ ਡੀਜੀਪੀ ਬਣਿਆ ਸੀ ਨਾ ਮੁੜ ਕੇ ਤੇ ਉਹ ਜਿਹੜਾ ਅਜੇ ਐਸਐਸਪੀ ਬਣ ਗਿਆ ਸੀ ਸਾਡੇ ਨਾਲ ਸੜਨ ਬੋਰੇ ਪੜਦਾ ਹਾਂ ਹਾਂਜੀ ਹਾਂਜੀ ਉਹ ਮੈਨੂੰ ਕਹਿਣ ਲੱਗਾ ਹੁਣ ਦੇਖ ਲੈ ਤੇਰਾ ਡੀਸੀ ਚਾਹੁੰਦਾ ਕਿ ਮੈਂ ਨਾ ਪਤਾ ਕੀ ਚਾਹੁੰਦਾ ਤੇਰਾ ਖਾਨ ਪੀਂਦੇ ਚੱਲਦਾ ਨਾ ਮੈਂ ਗਾ ਸ਼ੁਕਰ ਕਰ ਲੈਂਦੇ ਮੇਰੇ ਨਾਲ ਮੈਂ ਕਹਾ ਹਾਂਜੀ ਮੈਂ ਕਿਹਾ ਵਿਚਾਰੇ ਵਾੜਾ ਚ ਇੱਜ਼ਤ ਕਰਦੇ ਆ ਤੇ ਕਹਿੰਦਾ ਯਾਰ ਫੇਰ ਇੱਕ ਗੱਲ ਹੋਰ ਆ ਵੀ ਉਹ ਜੇ ਕਰਦੇ ਆ ਨਾ ਤੇ ਉਹ ਇੱਕ ਚੀਜ਼ ਚਾਉਂਦੇ ਵੀ ਆ ਹਾਂਜੀ ਮੈਂ ਕਿਹਾ ਤੁਹਾਨੂੰ ਕੀ ਪਤਾ ਹੋਊਗਾ ਮੈਨੂੰ ਕੀ ਪਤਾ ਕਹਿੰਦੇ ਉਹ ਨਾ ਨੇ ਇਹ ਰੱਖਿਆ ਹੋਇਆ ਵੀ ਜੇ ਪ੍ਰਤਾਪ ਸੋਂ ਇੱਥੇ ਮਤਲਬ ਉਹਨੂੰ ਲੋਡ ਪੈ ਜਾਇਆ ਨਾ ਤੇ ਕਹਿੰਦਾ ਜਦੋਂ ਮੇਰਾ ਮੈਚ ਖੇਡ ਜਾਏ ਤੇ ਮੇਰੇ ਚੰਗਾ ਹੋ ਜਾਏ ਤੇ ਖਬਰਿਆ ਮੈਨੂੰ ਉਹ ਮੈਂ ਖੁਸ਼ੀ ਨਾ ਹੋਣਾ ਤੋਂ ਮੰਗ ਲੈਣੀ ਆ ਕਿ ਮੈਨੂੰ ਦੋ ਦੇ ਦੋ ਦੋ ਮਹੀਨੇ ਨਾ ਦੇ ਦੋ ਸਾਲ ਦੋ ਸਾਲ ਹੋਰ ਦੇ ਦਿਓ ਮੈਂ ਮੰਗ ਕਰਨੀ ਆ ਮੇਰਾ ਚਾਹ ਆ ਠੀਕ ਹੈ ਜੀ ਠੀਕ ਹੈ ਜੀ ਕਰੋ ਉਹ ਵੀ ਮੈਨੂੰ ਕਹਿੰਦਾ ਬੇ ਉਹ ਕਹਿੰਦਾ ਉਹ ਕਹਿੰਦਾ ਤੁਸੀਂ ਇਹਨੂੰ ਆਪਾਂ ਜਦ ਬੱਲ ਨੂੰ ਵਰਤ ਲਾਂਗੇ ਉਹ ਐਸਐਸਪੀ ਕਹਿੰਦਾ ਮੈਂ ਵੀ ਲਈ ਅੱਛਾ ਜੀ ਠੀਕ ਅੱਛਾ ਮੈਚ ਸ਼ੁਰੂ ਹੋ ਗਏ ਤੇ ਮੈਚ ਸ਼ੁਰੂ ਹੋ ਗਏ ਹਾਂਜੀ ਜਦ ਮੈਚ ਸ਼ੁਰੂ ਹੋ ਗਿਆ ਤੇ ਫਿਰ ਚਲੋ ਸਾਡਾ ਮੈਚ ਤੇ ਫਿਰ ਪਹਿਲਾਂ ਵੀ ਉਹਨਾਂ ਤੋਂ ਇੱਕ ਹੋ ਗਿਆ ਸੀ ਸੈਮੀਫਾਈਨਲ ਚ ਉਹ ਵੀ ਅਸੀਂ ਜਿੱਤ ਗਏ ਸੀ ਉਸ ਦਿਨ ਮੇਰੇ ਇੱਕ ਮੁੰਡੇ ਨੇ ਉਹ ਹਿਆਰਪੁਰਿਆ ਨੇ ਜਿਹੜਾ ਮੈਂ ਨਪਟਿਆਲੇ ਵਾਲੇ ਨੇ ਜਿਹਨੇ ਉਹਨਾਂ ਨਾਲ ਮੈਂ ਤਕਰਾ ਸੀ ਹਾਂਜੀ ਉਹਨੇ ਮੇਰੇ ਪਿੱਛੇ ਠੇਡਾ ਮਾਰਿਆ ਪੈਰ ਤੇ ਪਿੱਛੋਂ ਆਹੋ ਮੈਸੇਜ ਜੀ ਤੁਰ ਪਿਆਈ ਮੈਂ ਕਿਹਾ ਵੀ ਚਲੋ ਮੈਂ ਆਪਣੇ ਲਾਈਨ ਤੇ ਤਾਂ ਆ ਗਿਆ ਹੰਦਿਆਂ ਤੇ ਪਹੁੰਚ ਜਾਣਾ ਮੇਰੇ ਠਾ ਕਰਦਾ ਉਹਨੂੰ ਕਿੱਟਾਈ ਫੌਲ ਖੇਡ ਗਿਆ ਮਤਲਬ ਫੌਲ ਖੇਡ ਗਿਆ ਪੁਆਇੰਟ ਤਾਂ ਨਹੀਂ ਉਹਨਾਂ ਨੂੰ ਦਿੰਦਾ ਪਰ ਮੇਰਾ ਪੰਗਾ ਦਿੱਤਾ ਫਿਰ ਉਹ ਸਾਡੇ ਡੀਸੀ ਨੂੰ ਬੇਪਤਾ ਪੈ ਗਈ ਕਹਿੰਦਾ ਕਿ ਤੇ ਸਾਬ ਤੋਂ ਹਰ ਜਾਏਗੇ ਆਪ ਤੋਂ ਹਰ ਜਾਏਗੇ ਹਾਂ ਹੈ ਜੀ ਉਹਦੇ ਲਈ ਸੀਗੇ اچھا ਤੁਸੀਂ ਫਟੜ ਹੋ ਗਿਆ ਮਤਲਬ ਤੇ ਤੁਸੀਂ ਸੋਚ ਲਿਆ ਪਿਆ ਹੁਣ ਅਗਲਾ ਜਿਹੜਾ ਫਾਈਨਲ ਮੈਚ ਮੈਂ ਖੇਡ ਨਹੀਂ ਸਕਦਾ ਨਹੀਂ ਖੇਡ ਨਹੀਂ ਸਕਦਾ ਤੁਰਨਾ ਹੋਵੇ ਮੇ ਤੁਹੁੰਡਿਆ ਪਿਆ ਉਹ ਉਹਨਾਂ ਜੀ ਹੋ ਗਿਆ ਉਦੋਂ ਅਸੀਂ ਚੱਲੇ ਕਹਿਣ ਲੱਗੇ ਡੀਸੀ ਸਾਹਿਬ ਨੇ ਕਿਹਾ ਵੀ ਤੁਸੀਂ ਚਲੋ ਸਾਡੇ ਮੁੰਡੇ ਵੀ ਸਾਰੇ ਕਹਿੰਦੇ ਆ ਟੈਂਟ 'ਚ ਪੈ ਗਏ ਕਹਿੰਦੇ ਹੁਣ ਵਾਰੀ ਜਾਗੇ ਹਾਂ ਹਾਂ ਤੇ ਉਹ ਡੀਸੀ ਕਹਿੰਦਾ ਵੀ ਜਾਓ ਡਾਕਟਰ ਕੋਲ ਕੁਝ ਕਰਾ ਕੇ ਲੈਓ ਚਿਮਲੇ ਚਲ ਜਾਓ ਉਹਨ ਤੌਰ ਤੇ ਆ ਜੀ ਮੈਨੂੰ ਨਾਲ ਦੇ ਦਿੱਤਾ ਐਸਐਸਪੀ ਨੂੰ ਹਾਂ ਹਾਂ ਕਿ ਇਹਨਾਂ ਜੀ ਮੈਂ ਲੈ ਆਉਣਾ ਉੱਥੇ ਕਰਾ ਕੇ ਜਦ ਤੁਰੇ ਜੀ ਥੱਲੇ ਹੋਏ ਜੋਗਿੰਦਰ ਸਿੰਘ ਟਾਈਗਰ ਇੱਕ ਬਹੁਤ ਤਗੜਾ ਆਪਣਾ ਜਾਂਦਾ ਹਾਂਜੀ ਤੇ ਉਹ ਤੇ ਟਾਈਗਰ ਨਾ ਇਹ ਹੋ ਆਪਣਾ ਦਾਰਾ ਸਿੰਘ ਦਾਰਾ ਸਿੰਘ ਇਹ ਦੋਏ ਤੁਰੇ ਉਹਨਾਂ ਉੱਪਰ ਉੱਪਰ ਗਰੌਣ ਠੀਕ ਹੈ ਜੀ ਉਹਨਾਂ ਤੇ ਮੈਂ ਅੱਗੇ ਜਾ ਰਿਹਾ ਸੀ ਜਦੋਂ ਮੈਂ ਲਗਾਦਾ ਸੀ ਕਹਿੰਦਾ ਮਰਾ ਇੱਕ ਹੀ ਗੱਲ ਲੱਗ ਗਿਆ ਜਿੱਦਾਂ ਟੀਚਰ ਕਹਿੰਦੇ ਨੇ ਦਰਸ ਅੰਗ ਨੇ ਇਦਾਂ ਗਿਆ ਜੀ ਦਰਸ ਅੰਗ ਨੇ ਅੱਛਾ ਜੀ ਮੈਂ ਕਹਿੰਦਾ ਜੀ ਹੁਣ ਮੈਂ ਤਾਂ ਖੇਡ ਚੁੱਕਾ ਜੀ ਕਿਹਦੇ ਨਾਲ ਹੈ ਕੀ ਹੋਇਆ ਮੈਂ ਕਹਿੰਦਾ ਉਹ ਕਹਿੰਨ ਲੱਗੇ ਜੀ ਇਹ ਹੁਣ ਮੈਂ ਕਿਧਰ ਕਿਥੇ ਲੱਲੇ ਤੁਸੀਂ ਦਰਸ ਨਹੀਂ ਹੁੰਦਾ ਉਹ ਕਹਿੰਨ ਲੱਗੇ ਮੈਂ ਚੱਲਿਆਂ ਜੀ ਇਹਨਾਂ ਨੂੰ ਉੱਥੇ ਡਾਕਟਰ ਨੂੰ ਕਿੱਦਾਂ ਦਿਖਾਉਨੇ ਆ ਕੋਈ ਟਿਕਟ ਉਲਵਾਉਨੇ ਕੋਈ ਗੱਲ ਕੱਲ ਦਾ ਫਾਈਨਲ ਸਾਡਾ ਮੈਚ ਹੈ ਇਹ ਗੱਲ ਨਾ ਹੋਈ ਜੀ ਕਹਿੰਦਾ ਲੋ ਤੁਸੀਂ ਇਹਨੂੰ ਵਾਪਸ ਜਾਓ ਕਮਰੇ ਪਾਓ ਤੁਸੀਂ ਆਪ ਜਾਓ ਉਥੋਂ ਲੈ ਆਓ ਆਇਡੈਕਸ ਜੇ ਦੋ ਡੱਬੀਆਂ ਪੂਰੀਆਂ ਆਇਡੈਕਸ ਦੀਆਂ ਦੋ ਡੱਬੀਆਂ ਦੋ ਡੱਬੀਆਂ ਤੇ ਇਹ 2.5 ਮੀਟਰ ਜਿਹੜਾ ਨਾ ਖੱਦਰ ਦਾ ਕੱਪੜਾ ਲਿਆਓ ਠੀਕ ਹੈ ਜੀ ਖਸਾ 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 ਦਾ ਠੀਕ ਹੈ ਜੀ ਤੇ ਉਹੋ ਕਿੰਨੇ ਚੰਗੇ ਲਿਆਉਣੇ ਜੀ ਕਹਿੰਦੇ ਪਰਸਾਲ ਕੱਲ ਸਵੇਰੇ ਮੇਰੇ ਅੰਦਰ ਇੱਥੇ ਵਾੜ ਦੇਣਾ ਡੈੱਡ 'ਚ ਠੀਕ ਹੈ ਜੀ ਨੇ ਦਰਸੰਜੀ ਵਿਖਤ ਕੋਈ ਕੁਸ਼ਤੀ ਕਰਨਾ ਆਇਆ ਸੀ ਉਹ ਫਿਰ ਨਹਿਰੂ ਜੀ ਨੇ ਆਉਣਾ ਸੀ ਉਹਨਾਂ ਨੇ ਥੋੜਾ ਜਿਹਾ ਬਤਾ ਦੇ ਹਾਂ ਵੱਡਾ ਵੱਡਾ ਕਿਹੜੀ ਇਵੈਂਟ ਸੀਗਾ ਹੋਰ ਕਿਹੜੀ ਇਵੈਂਟ ਸੀ ਅਈਗਾ ਚਲੋ ਠੀਕ ਆ ਜੀ ਉਹਨਾਂ ਜਦੋਂ ਦੋਏ ਦਿਨ ਆ ਗਿਆ ਉਹ ਲੈ ਦੋਏ ਦਿਨ ਹੀ ਬਣ ਗਿਆ ਤੇ ਮੈਨੂੰ ਭੇਜ ਦਿੱਤਾ ਇਹਨਾ ਤੇ ਮੈਨੂੰ ਕਹਿੰਦਾ ਉੱਠ ਕੇ ਤੁਰ ਕੇ ਦਿਖਾ ਮੈਨੂੰ ਬਲ ਸਾਹਿਬ ਤੁਰ ਕੇ ਦਿਖਾਉਂ ਚੁ ਤੂੰ ਤੇ ਸ਼ੇਰ ਬੰਦਾ ਐਵੇਂ ਕਰੀ ਜਾਣਾ ਮੈਂ ਕਹਿੰਦਾ ਜੀ ਤੁਹਾਡਾ ਤਾਂ ਛੋਟਾ ਹੀ ਆ ਆ ਦੇ ਰਾਂ ਸ਼ੁਕਰ ਕਰ ਲਈਦਾ ਸੀ ਜਦੋਂ ਮੈਂ ਕਹਾ ਉਹ ਆ ਤੇ ਮੈਨੂੰ ਕਹਿੰਦਾ ਤੁਰ ਤੁਰ ਕੇ ਹੋਰ ਦਿਖਾ ਕਹਿੰਦਾ ਜਿਆਦਾ ਫੜ ਗਿਆ ਕੰਮ ਐ ਫਿਰ ਮੈਂ ਤਾਂ ਤੇ ਵੀ ਕਹਿੰਦਾ ਮੈਂ ਛੱਡੋ ਕਿਹੜਾ ਮੈਦਾਨ ਨਾ ਦੱਸਦਾ ਆ ਇਹਨਾਂ ਨੇ ਹਰ ਨਹੀਂ ਆਪਾਂ ਐ ਠੀਕ ਅੱਤੂਏ ਤਾਂ ਕਰ ਆ ਜਿਹੜੇ ਪਜਾਮਾ ਜਿਹਾ ਪਾ ਕੇ ਤੁਰਿਆ ਉਹਨਾਂ ਦਾ ਇਲਾ ਦੇ ਤੇ ਆਪਣਾ ਤੇ ਅੰਡਰ ਵੀ ਰਹਾ ਮੈਂ ਕਹੇਗਾ ਜੀ ਕਹਿੰਦਾ ਪਹਿਜਾ ਲੰਮਾ ਉੱਥੇ ਸਾਫ ਤੇ ਮੈਂ ਪਹਿ ਗਿਆ ਤੇ ਉਹਨੇ ਇਹਨੂੰ ਕਹਤਾ ਟਰਾਈ ਕਰਨ ਨੂੰ ਟਾਇਰ ਮੋਟਾ ਹੀ 파ਰਾਵੜ ਹੈ ਮੇਰੀ ਲਾਤੇ ਐਂਕਰਾ ਲਈ ਤੇ ਇਹਨੂੰ ਉਤੇ ਪਹਟਾ ਦਿੱਤਾ ਗੋਡੇ ਤੇ ਠੀਕ ਹੈ ਜੀ ਸਿੱਧਾ ਹੋ ਗਿਆ ਤੇ ਉਹਨਾਂ ਨੇ ਚੜ ਕੇ ਡੇਰ ਡੇਰ ਐਕਚੁਅਲ ਜੀ ਵਗਰੂ ਜ਼ਿਆਦਾ ਨਹੀਂ ਮੈਂ ਮੈਨੂੰ ਰੋਇਆ ਉਹਨੇ ਰੋਇਆ ਦਾਰਾ ਸਿੰਘ ਨੇ ਤੁਹਾਨੂੰ ਦੁਖਿਆ ਬਹੁਤ ਕਿੰਦਰ ਨੂੰ ਇੰਦਰ ਬੈਠਾ ਬੈਠਿਆ ਮੈਂ ਕਿਨ ਉੱਤੇ ਉੱਤੇ ਤਾਂ ਖੜਾ ਹੋ ਮੈਂ ਖੜਾ ਹੋ ਗਿਆ ਮੈਨੂੰ ਮਹਿਸੂਸ ਹੋਇਆ ਕਿ ਇਹ ਬੈਠੀ ਕੋਈ ਗੱਲ ਕੁਛ ਫਰਕ ਪਿਆ ਫਰਕ ਪਿਆ ਫਿਰ ਮੈਂ ਬੈਠਾ ਰਿਹਾ ਕਿ ਉਹਨੇ ਇੱਕ ਕੁਰਸੀ ਜਿਹਦੇ ਮਟਾਲਤਾ ਮੈਨੂੰ ਫਿਰ 2 ਘੰਟੇ ਬੈਠੇ ਉੱਥੋ ਕੁਛ ਲਾਂਦਾ ਵੀ ਖਾਣ ਲਈ ਮੇਰੇ ਲਈ ਵੀ ਤਾਂ ਮੈਚ ਵੀ ਉਸੇ ਦਿਨ ਸੀਗਾ ਜਿਸ ਦਿਨ ਦੀ ਗੱਲ ਉਸੇ ਦਿਨ ਮੈਚ ਸੀ ਫਾਈਨਲ ਦਾ ਉਸੇ ਦਿਨ ਅਸ਼ਾ ਜੀ ਫਿਰ ਕਹਿਣ ਲੱਗਾ ਵੀ ਤੁਸੀਂ ਹੁਣ ਐਦਾਂ ਕਰੋ ਬੈਠ ਜੇ ਤਾਂ ਬੈਠ ਕੇ ਤਾਂ ਉੱਥੇ ਫਿਰ ਆ ਗਿਆ ਕਹਿੰਦੇ ਹੁਣ ਤੁਸੀਂ ਫਿਰ ਤੁਰ ਕੇ ਆ ਗਿਆ ਮੈਨੂੰ ਕਹਿੰਦੇ ਤੂੰ ਬੈਠ ਜਾ ਤੇ ਤੇ ਬੈਠ ਕੇ ਮੁੜ ਕੇ ਕਹਿੰਦੇ ਫੇਰ ਉਹ ਕੰਮ ਸ਼ੁਰੂ ਕਰ ਲਿਆ ਉਹਨੇ ਫਿਰ ਚੰਗਾ ਰਗੜਾ ਬੰਨਤਾ ਤੇ ਫਿਰ ਮੈਨੂੰ ਕਹਿੰਦਾ ਹੁਣ ਤੂੰ ਮੈਨੂੰ ਨਾ ਤੁਰ ਕੇ ਦਿ ਮਤੁਰਿਆ ਸੱਚੀ ਮੈਂ ਤੁਹਾਨੂੰ ਰੱਪੇ ਠੀਕ ਹੈ ਜੀ ਮੈਂ ਕਿਹਾ ਚੱਲਣਾ ਵਰਗੀ ਕਰ ਇਹਦਾ ਇੱਕ ਤੈਨੂੰ ਛੋਟਾ ਜਿਹਾ ਝਟਕਾ ਹੋਰ ਦੇਣਾ ਮੈਂ ਜਦੋਂ ਤੂੰ ਗਰਾਊਂਡ 'ਚ ਚੱਲ ਜਾਈ ਠੀਕ ਹੈ ਜੀ ਮੈਂ ਠੀਕ ਹੈ ਜੀ ਉਹਨੇ ਫਿਰ ਮੈਂ ਜਦੋਂ ਖੇਤ ਗਰਾਊਂਡ ਤੇ ਜਾਣਾ ਸੀ ਤਾਂ ਉਹਨੇ ਮੇਰੇ ਮਲ ਮਲ ਕੇ ਇਹਨਾਂ ਵਟਕੜ ਤੇ ਮੇਰੇ ਫਿਰ ਕਹਿੰਦਾ ਮੈਨੂੰ ਦੌੜ ਕੇ ਦਿਖਾ ਮੈਂ ਸੱਚੀ ਦੌੜ ਲਿਆ ਉਹ ਬੰਦ ਤੇ ਉਹਨੂੰ ਕੀਤਾ ਉਹ ਨਹੀਂ ਆਪ ਬੰਨਿਆ ਦਾਰਾ ਸਿੰਘ ਆ ਆਪ ਸਾਰਾ ਕੁਝ ਬੰਨਿਆ ਉਹਨੇ ਦੇਖੋ ਦਰਸ਼ਕਾਂ ਨੂੰ ਦੱਸਿਓ ਕਿੱਡੀ ਵੱਡੀ ਤੇ ਕਿੱਡੀ ਮਾਣ ਵਾਲੀ ਗੱਲ ਆ ਇਹ ਕਿਈ ਦਾਰਾ ਸਿੰਘ ਦਾ ਨਾਮ ਕੌਣ ਨਹੀਂ ਜਾਣਦਾ ਰੁਸਤੇ ਜ਼ਮਾ ਰੁਸਤਮੇ ਜ਼ਮਾ ਦਾਰਾ ਸਿੰਘ ਪਹਿਲਵਾਨ ਦਾਰਾ ਸਿੰਘ ਜੀ ਉਹਨਾਂ ਨੇ ਆਪ ਹੱਥੀਂ ਸਰਦਾਰ ਬੱਲ ਜੀ ਦਾ ਗਿੱਟਾ ਜਿਹੜਾ ਠੀਕ ਕਰਕੇ ਜਿਹੜਾ ਇਹ ਖੁਦ ਸੋਚਦੇ ਸੀ ਵੀ ਹੁਣ ਮੈਂ ਫਾਈਨਲ ਮੈਚ ਜਿਹੜਾ ਨਹੀਂ ਖੇਡ ਸਕਦਾ ਤੇ ਉਹਨਾਂ ਦੀ ਖੇਡ ਦੇਖਣ ਲਈ ਉਹਨਾਂ ਦਾ ਗਿੱਟਾ ਖੁਦ ਠੀਕ ਕੀਤਾ ਤੇ ਉਹਨਾਂ ਨੂੰ ਖੇਡਣ ਲਈ ਉਹ ਤੇ ਸ਼ਾਹਦ ਕੀਤਾ ਤੇ ਹੌਸਲਾ ਦੇ ਦਿੱਤਾ ਵੀ ਤੁਸੀਂ ਖੇਡ ਸਕਦੇ ਹੋ ਤੇ ਫਿਰ ਤੁਸੀਂ ਉਹ ਮੈਚ ਖੇਡ ਲਿਆ ਜੀ ਖੇਡ ਲਿਆ ਜੀ ਕਿਦਾਂ ਰਹਾ ਜੀ ਖੇਡ ਲਿਆ ਜੀ ਮੈਂ ਬੜਾ ਤੜੜਾ ਖੇਡ ਗਿਆ ਤੇ ਉਹ ਮੈਂ ਤੁਹਾਨੂੰ ਦੱਸਿਆ ਇੱਕ ਗੱਲ ਵਿੱਚੋਂ ਫਿਰ ਉਹ ਵਿੱਚ ਆ ਗਈ ਮੈਨੂੰ ਰਹਿ ਨਹੀਂ ਹੁੰਦਾ ਉਹ ਜਦੋਂ ਨਾ ਇਹਨਾਂ ਨੇ ਕਹਿਤਾ ਜਦੋਂ ਮੈਂ ਉਧਰ ਕੋੜਿਆਂਗਰ ਦੌਰ ਚ ਕਿ ਆ ਜਾਂਦਾ ਸੀ ਠੀਕ ਹੈ ਜੀ ਸੋਚਦਾ ਜਾਂਦਾ ਸੀ ਪੈਰ ਉਹਦਾ ਮੇਰਾ ਜੋ ਪੈਦਾ ਸੀਗਾ ਨਾ ਪਰ ਉਹਨਾਂ ਨੇ Nehru ਸਾਹਿਬ ਨੇ Keeru ਸਾਹਿਬ ਨੂੰ ਪੁੱਛਿਆ ਕਿਉਂ ਤੇਰਾ ਪਲੇਅਰ ਖੇਡਦਾ ਉਹਦੇ ਪਲਾਸਟਰ ਲਗਾਦਾ ਰੋ ਪੱਟੀ ਪਲਾਸਟਰ ਲੱਗਦਾ ਸੀ ਇਹਨਾਂ ਨੂੰ ਦੇਖਣ ਨੂੰ ਉਹ ਕਹਿੰਨ ਲੱਗੇ ਉਹ ਦੇਖੋ ਕਿਦਾਂ ਖੇਡਦਾ ਤੋੜਦਾ ਕਿਦਾਂ ਹੂੰ 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 ਉਹ ਕਹਿੰਦਾ ਜੀ ਮੈਂ ਚਲੋ ਕਰਦੇ ਆ ਗੱਲ ਉਹਨਾਂ ਨੇ ਉਹ ਤੁਹਾਡੇ ਪਿੰਡ ਵਾਲੇ ਨੂੰ ਸੱਦ ਲਿਆ ਜੀ ਮੁਕਤਾਰ ਦੇ ਫਾਦਰ ਨੂੰ ਠੀਕ ਹੈ ਜੀ ਉਹਨੂੰ ਚੱਲ ਫੋਰ ਪਿੰਡ ਤੋਂ ਆਹੋ ਠੀਕ ਹੈ ਜੀ ਉਹਨੂੰ ਕਹਿਣ ਲੱਗੇ ਵੀ ਤੂੰ ਇਹਨਾਂ ਨੂੰ ਦੱਸਣਾ ਸਾਰਾ ਕੁਝ ਉਹ ਕਹਿੰਦਾ ਠੀਕ ਹੈ ਜੀ ਮੈਂ ਦੱਸਦਾ ਪਰ ਮੈਂ ਸ਼ੁਰੂ ਹੋ ਲੈਂਦੇ ਹੁਣ ਜਦ ਮੈਂ ਸ਼ੁਰੂ ਹੋਇਆ ਤੇ ਮੈਂ ਫਿਰ ਉਹ ਸਾ ਪਾਤੇ ਫਿਰ ਚ ਖੇਡ ਗਿਆ ਤੇ ਇਹ ਉਹਨਾਂ ਨੇ ਫਿਰ ਮੈਚ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਵੀ ਪ੍ਰਧਾਨ ਮੰਤਰੀ ਸ਼੍ਰੀ ਨਹਿਰੂ ਜੀ ਨੇ ਕੀਤੀ ਕੋਈ ਗੱਲਬਾਤ ਹੋਈ ਇੱਕ ਮੈਂ ਤੁਹਾਨੂੰ ਦੱਸ ਬੇਨਤੀ ਕਰਨ ਲੱਗਾ ਵੀ ਉਹਨਾਂ ਨੇ ਜਦੋਂ ਇਹ ਗੱਲ ਹੋਈ ਨਾ ਤੇ ਜਦੋਂ ਵੀ ਮੈਂ ਉੱਥੋਂ ਆ ਗਿਆ ਮੈਨੂੰ ਸੱਦ ਲਿਆ ਉਹਨਾਂ ਨੇ ਹਾਂਜੀ ਨਹੀਂ ਸਰ ਸੱਦਿਆ ਨੇ ਆਲੇ ਉਹਨਾਂ ਨੇ ਬੋਲਿਆ ਜਦੋਂ ਮੈਂ ਖੇਡ ਕੇ ਸਾ ਪਾ ਆ ਗਿਆ ਹੁੰਦਾ ਸੀ ਇਦਾਂ ਮੈਂ ਨਾ ਧਮਾਲਾ ਪਾਉਂਦਾ ਇਦਾਂ ਨਾ ਖੁਸ਼ੀ ਨਾ ਉਹ ਕਹਿੰਦੇ ਦੇਖੋ ਜੀ ਉਹ ਬੱਦਲ ਪੰਡਤ ਜੀ ਮਰਨ ਉਹ ਬੱਦਲ ਜਿਹੜੇ ਦੇਖੇ ਨੱਚਦੇ ਆ ਉਹ ਇਹਨਾਂ ਦਾ ਵਾਹ ਵਾਹ ਬੜੀ ਮਾਨ ਵਾਲੀ ਗੱਲ ਹੈ ਤੇ ਕਿਉਂਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਾਹਿਬ ਦੇ ਤਾਂ ਤੁਸੀਂ ਸਭ ਨੇ ਸੁਣਿਆ ਹੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਇਹਨਾਂ ਦੀ ਖੇਡ ਨੂੰ ਜਿਹੜਾ ਸਰਾਇਆ ਸਫਤ ਕੀਤੀ ਤੇ ਇੱਕ ਤੁਹਾਡਾ ਨਾ ਹੋਰ ਸਵਾਲ ਹੈਗਾ ਜਿਹੜੀ ਕੈਨੇਡਾ ਦੇ ਵਿੱਚ ਕਬੱਡੀ ਕੱਪ ਹੋਣ ਲੱਗਾ ਕੈਨੇਡਾ ਕਬੱਡੀ ਕੱਪ ਉਹਦੇ ਨਾਲ ਵੀ ਤੁਹਾਡਾ ਨਾਮ ਜੁੜਿਆ ਹੈ ਕਿ ਸ਼ੁਰੂਆਤ ਦੇ ਵਿੱਚ ਤੁਸੀਂ ਉਹਨਾਂ ਥੇ ਤੁਸੀਂ ਸ਼ੁਰੂ ਕਰਵਾਇਆ ਉਹ ਕਿੱਦਾਂ-ਕਿੱਦਾਂ ਹੋਈ ਜੀ ਕਿਹੜੇ ਸੰਦੀ ਗੱਲ ਹੈ ਜੀ ਇਹਦੀ ਕਿਹੜੀ ਦੀ ਗੱਲ ਹੈ 91 ਦੀ 91 ਵਿੱਚ ਕੀ ਹਾਲਾਤ ਬਣੇ ਜੀ ਕਿਦਾਂ ਤੁਹਾਨੂੰ ਲੱਗਾ ਪਈ ਇੱਥੇ ਵਰਲਡ ਕੱਪ ਹੋਣਾ ਚਾਹੀਦਾ ਜਾਂ ਕੈਨੇਡਾ ਕੱਪ ਇਸ ਤਰ੍ਹਾਂ ਹੋਇਆ ਸੀਗਾ ਕਿ ਸਾਡੇ ਜਿਹੜੇ ਨਾ ਇਹ ਜਿਹੜੇ ਸੀ ਇਹ ਸਾਡੇ ਨਾਲ ਮੈਚ ਖੇਡਣ ਨਾਲ ਸਾਡੀ ਪਾਕਿਸਤਾਨਾਂ ਵੀ ਇੱਕ ਵਕ ਹੋ ਗਈ ਸੀਗੀ ਮੈਚ ਮੁੱਚ ਉਧਰ ਪਏ ਕਿਤੇ ਨਾ ਕਿਤੇ ਚਾਹੀਏ ਤੇ ਉਧਰ ਉਧਰ ਆ ਜਾਂਦੇ ਸੀ ਹਾਂ ਹਾਂ ਤੇ ਇੰਗਲੈਂਡ ਦੀ ਟੀਮ ਵੀ ਬਹੁਤ ਤਗੜੀ ਬਣ ਚੁੱਕੀ ਸੀਗੀ ਕਿਉਂਕਿ ਮੈਂ ਇਹਨੂੰ ਖੜਾਦਾ ਜੀ ਤੇ ਮੈਂ ਤੇ ਉਹਨਾਂ ਦੇ ਕਰਕੇ ਆਇਆ ਜੀ ਸਾਰਾ ਕੁਝ ਫੇਰ ਉਹਨਾਂ ਨੂੰ ਇੱਧਰ ਲੈਣ ਕੇ ਉਹਨਾਂ ਦੇ ਮੈਚ ਬੜੇ ਕਰਾਏ ਸੀ ਠੀਕ ਹੈ ਇਸ ਤਰ੍ਹਾਂ ਤੇ ਦੋਟੀ ਮੈਂ ਬਣਿਆ ਜੇ ਅਮਰੀਕਾ ਵਾਲਿਆਂ ਨੇ ਕੀਤੀ ਤੇ ਪਲੇਅਰ ਮੇਰਾ ਫੇਰੇ ਇੱਕ ਲੈ ਗਏ ਸੀ ਉਧਰਲੇ ਬੰਦੇ ਕਹਿ ਗਏ ਠੀਕ ਹੈ ਜੀ ਤੇ ਉਹਨੂੰ ਮੈਂ ਕਿਹਾ ਤੈਨੂੰ ਜਾਂਦੇ ਹਾਂ ਮੈਂ ਘਰ ਵਾੜਨਾ ਠੀਕ ਹੈ ਜੀ ਹਾਂ ਜੀ ਤੇ ਤੂੰ ਕਿਉਂ ਉਧਰ ਗਿਆ ਖੈਰ ਆਪਣਾ ਮੰਗੀ ਹੀ ਇੱਧਰ ਤੇ ਉਹ ਸਾਰੇ পাগল ਤੇ ਉਹਨਾਂ ਨੇ ਇਹ ਚੀਜ਼ ਤੇ ਆਣ ਕੇ ਜਦੋਂ ਮੈਂ ਮੋਗੀ ਗੱਲ ਤੇ ਮੈਂ ਕਿਹਾ ਬਚਾਓ ਤੁਸੀਂ ਹੁਣ ਮੈਚ ਤੇ ਅਸੀਂ ਖੇਡਣਾ ਹੀ ਹੈ ਮੈਚ ਅਸੀਂ ਫੇਰ ਜਿੱਤ ਗਏ ਨੇ ਜਿਹੜਾ ਕੈਨੇਡਾ ਕੱਪ ਸ਼ੁਰੂ ਹੋਇਆ ਹਾਂ ਉਹਦੇ ਵਿੱਚ ਤੁਹਾਡੀ ਕਿਹਦੇ ਕਿਹਦੇ ਨਾਲ ਗੱਲ ਹੋਈ ਪਈ ਆਪਾਂ ਕਮੈਂਟ ਕੈਨੇਡਾ ਕੱਪ ਇੱਥੇ ਕਰਾਇਆ ਜਾਵੇ ਕੌਣ ਕੌਣ ਸਾਥੀ ਸੀਗੇ ਉੱਥੇ ਜੀ ਮੁੰਡੇ ਆ ਮੇਰੇ ਕੋਲ ਇੱਥੇ ਉਹਨਾਂ ਦੇ ਨਾਂ ਆ ਇਹ ਇੱਕ ਗੁਰਦਿਆਲ ਸਿੰਘ ਉਹ ਸਾਡੇ ਅਮ੍ਰਿਤਦੀਪ ਦਾ ਹੀ ਬੰਦਾ ਸਰ ਜੀ ਉਹ ਤੇ ਇੱਕ ਉਹਨਾਂ ਦਾ ਐਜੂਕੇਸ਼ਨ ਇਹਨਾਂ 2000 ਆਪਣੇ ਸਪੋਰਟਸ ਮਿਨਿਸਟਰ ਸੀਗਾ ਉਹ ਤੇ ਉਹ ਫਿਰ ਉਹਨਾਂ ਨਾਲ ਮਿਲ ਕੇ ਸਾਡੀ ਗੱਲਬਾਤ ਹੋ ਕੇ ਤੇ ਫਿਰ ਉਹ ਹੋਇਆ 1991 ਦੇ ਵਿੱਚ ਫਿਰ ਜਿਹੜਾ ਕੈਨੇਡਾ ਕੱਪ ਪਹਿਲਾ ਹੋਇਆ ਤੇ ਤੁਸੀਂ ਉੱਥੇ ਮੌਜੂਦ ਸੀਗੇ ਮੌਜੂਦ ਠੀਕ ਹੈ ਇਹ ਫਿਰ ਅਸੀਂ ਸਾਰਾ ਕਰਕੇ ਤੇ ਉਹ ਉਹਨਾਂ ਨੂੰ ਜਿੱਤ ਕੇ ਵੀ ਦੇ ਦਿੱਤਾ ਸਰਦਾਰ ਸਰਵਣ ਸਿੰਘ ਬਾਲਜੀ ਦੇ ਨਾਲ ਸਾਡੀ ਇੰਟਰਵਿਊ ਜਿਹੜੀ ਜਗਬਾਣੀ ਦੇ ਪ੍ਰੋਗਰਾਮ ਕਿੰਗ ਕਬੱਡੀ ਦੇ ਲਈ ਚੱਲ ਰਹੀ ਆ ਬੜੀ ਵਿਸਥਾਰ ਦੇ ਵਿੱਚ ਅਸੀਂ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਉਹਨਾਂ ਨੇ ਆਪਣੀਆਂ ਖੇਡ ਜੀਵਨ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਆਪਣੀਆਂ ਕੁਝ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਦੱਸੀਆਂ ਉਹਨਾਂ ਨੇ ਤੇ ਅਸੀਂ ਉਹਨਾਂ ਨਾਲ ਹੁਣ ਆਖਰੀ ਜਿਹੜਾ ਸਵਾਲ ਕਰਨ ਜਾ ਰਹੇ ਹਾਂ ਤੇ ਕਿਉਂਕਿ ਸਾਡਾ ਮਕਸਦ ਇਹੀ ਆ ਕਿ ਜੋ ਇਹ ਵੱਡੇ ਪਲੇਅਰ ਹੋਏ ਆ ਪੁਰਾਣੇ ਸਮੇਂ ਦੇ ਸਟਾਰ ਹੋਏ ਆ ਇਹਨਾਂ ਨੇ ਜੋ ਤੰਗੀਆਂ ਝੱਲੀਆਂ ਜਿੰਨਾ ਇਹਨਾਂ ਨੇ ਸਟਰਗਲ ਕੀਤਾ ਜੋ ਕੁਝ ਕੀਤਾ ਉਹ ਸਮਾਜਿਕਲ ਬੜਾ ਬਦਲਿਆ ਤੇ ਅੱਜ ਕੱਲ ਦੀ ਕਬੱਡੀ ਦੇ ਵਿੱਚ ਬੜਾ ਬਦਲਾਅ ਆਇਆ ਸਾਰਾ ਕੁਝ ਸਾਨੂੰ ਇਹਨਾਂ ਨੇ ਦੱਸਿਆ ਵੀ ਤੇ ਇਹਨਾਂ ਦੇ ਵਿੱਚੋਂ ਸਾਨੂੰ ਆਸ ਹੈ ਕਿ ਸਾਡੇ ਜਿਹੜੇ ਨਵੇਂ ਪਲੇਅਰ ਆ ਉਹ ਕੁਝ ਨਾ ਕੁਝ ਜ਼ਰੂਰ ਸਿੱਖਣਗੇ ਤੇ ਆਖਰੀ ਸਵਾਲ ਤੁਹਾਨੂੰ ਇਹੀ ਆ ਜੀ ਤੁਸੀਂ ਹੁਣ ਜਿਹੜਾ ਅਵਾਰਡ ਮਿਲਣ ਤੋਂ ਬਾਅਦ ਤੁਹਾਡੀ ਬੜੀ ਤਮੰਨਾ ਜ਼ਿੰਦਗੀ ਦੀ ਪੂਰੀ ਹੋਈ ਆ ਤੇ ਹੁਣ ਤੁਹਾਡੀ ਹੋਰ ਜ਼ਿੰਦਗੀ ਦੀ ਅਗਲੀ ਤਮੰਨਾ ਕੀ ਆ ਤੁਹਾਡੇ ਕੀ ਦਿਲ ਚ ਰਹਿੰਦਾ ਵੀ ਮੈਂ ਆ ਵੀ ਕਰਾਂ ਦੇਖੋ ਮੈਂ ਇਹ ਸੀ ਬਿਛੋੜਾ ਮੈਂ ਹੁਣ ਪਹਿਲਾਂ ਸੋਚ ਲਿਆ ਸੀ ਵੀ ਹੁਣ ਮੈਂ ਛੁੱਟੀ ਕਰ ਜਾਵਾਂ ਕਵਿਡ ਤੋਂ ਆਰਾਮ ਕਰਾਂ ਤੇ ਜਦੋਂ ਬਥੇਰਾ ਜੋਰ ਲਾਇਆ ਬਥੇਰਾ ਖੇਡੇ ਆ ਬਥੇਰਾ ਕੀਤਾ ਆ ਹਾਂਜੀ ਬਟ ਹੁਣ ਫੇ ਮੇਰਾ ਜੀ ਕਹਦਾ ਆ ਵੀ ਹੁਣ ਮੈਂ ਹੁਣ ਕੀ ਮੈਂ ਹੁਣ ਤਾਂ ਉਦੋਂ ਦਾ ਦੇਖਣ ਆ ਪਿਆ ਹਾਂਜੀ ਉਹ ਜਿਹੜੇ ਸਪੋਰਟਸ ਮਿਨਿਸਟਰ ਆ ਉਹਨਾਂ ਨੇ ਰੱਖ ਦਿੱਤਾ ਕਿ ਤੁਹਾਡੇ ਸੁਲਤਾਨਪੁਰ ਮੈਂ ਸੁਲਤਾਨਪੁਰ ਕਬੱਡੀ ਟੂਰਨਾਮੈਂਟ ਸ਼ੁਰੂ ਕੀਤਾ ਹੈ ਗੁਰੂ ਨਾਨਕਵਾੜ ਹਰ ਸਾਲ ਕਰਾਉਂਦਾ ਹਾਂ ਮੈਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਪ੍ਰਕਾਸ਼ ਦਿਹਾੜੇ ਤੇ ਹਾਂ ਠੀਕ ਹੈ ਹੁਣ ਉਹਨਾਂ ਵੀ ਇੱਕ ਮੈਚ ਰੱਖਤਾ ਇੱਥੇ ਠੀਕ ਹੈ ਜੀ ਤੇ ਉਹ ਤੁਸੀਂ ਦੇਖਣ ਜਾਓਂਗੇ ਦੇਖਣ ਨਹੀਂ ਮੈਂ ਕਰਾਉਣ ਜਾਊਂਗਾ ਮੈਂ ਤੁਹਾਨੂੰ ਲਿਖਾਂ ਚੋਣਾ ਮੈਂ ਉਹਨਾਂ ਨੂੰ ਲਿਖੇ ਵੀ ਜਿਹੜੀ ਕੋਈ ਮੈਨੂੰ ਡਿਊਟੀ ਲਾਉਣੀ ਆ ਜਾਂ ਕੋਈ ਗੱਲ ਆ ਤੁਹਾਨੂੰ ਜਾਂ ਮੈਨੂੰ ਸਮਝ ਦਿਓ ਵੀ ਮੈਂ ਕਿਹੜੇ ਕੰਮ 'ਚ ਤੁਹਾਡੇ ਆ ਸਕਦਾ ਉਹ ਮਿਨਿਸਟਰ ਦੇਖੋ ਜੀ ਬੜੀ ਵੱਡੀ ਗੱਲ ਹੈ ਕਿ ਜਿਨ੍ਹਾਂ ਨੇ ਸਾਰਾ ਜੀਵਨ ਆਪਣੇ ਕਬੱਡੀ ਦੇ ਲੇਖੇ ਲਾਇਆ ਤੇ ਅੱਜ ਵੀ ਉਹ ਉਸ ਕਬੱਡੀ ਲਈ ਹਰ ਕੁਛ ਕਰਨ ਲਈ ਤਿਆਰ ਹੈ ਉਹਨਾਂ ਨੇ ਸਰਕਾਰ ਨੂੰ ਆਫਰ ਦਿੱਤੀ ਕਿ ਜੇ ਮੇਰੇ ਜਿਵੇਂ ਵੀ ਤੁਸੀਂ ਕੁਝ ਵੀ ਡਿਊਟੀ ਲਾਉਣੀ ਆ ਤਾਂ ਮੈਂ ਸultanpur Lodhi ਦੇ ਵਿੱਚ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਜਿਹੜਾ ਕਬੱਡੀ ਟੂਰਨਾਮੈਂਟ ਇਤਿਹਾਸਕ ਹੋਣ ਜਾ ਰਿਹਾ ਉਹਦੇ ਵਿੱਚ ਹਰ ਜ਼ਿੰਮੇਵਾਰੀ ਨਿਭਾਉਣ ਲਈ ਇਹ ਤਿਆਰ ਆ ਅਸੀਂ ਜਗਵੰਦੀ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇਹ ਇੰਟਰਵਿਊ ਦੇਖੀ ਆ ਜਾਂ ਦੇਖਣੀ ਆ ਤੇ ਸਾਰਿਆਂ ਦਾ ਧੰਨਵਾਦ ਜੀ ਤੇ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਸਾਨੂੰ ਮੌਕਾ ਦਿੱਤਾ ਧੰਨਵਾਦ ਮਿਹਰਬਾਨੀ ਆਈ ਐਮ ਟੈਂਕ ਫੋਰ ਟੂ ਯੂ ਕਿ ਤੁਸੀਂ ਆਣ ਕੇ ਇੰਨਾ ਕੁਝ ਮੇਰੇ ਲਈ ਕੀਤਾ ਤੇ ਮੇਰਾ ਮਨ ਨਹੀਂ ਥੜ ਪਈ ਆ ਦੇਖਿਆ ਆਪਾਂ ਗੱਲਬਾਤ ਕੀਤੀ ਆ ਗੱਲਬਾਤ ਨੂੰ ਕਈ ਗੱਲਾਂ ਪਰਬੜੀਆਂ ਕਈ ਗੱਲਾਂ ਪਛੜੀਆਂ ਉਹ ਤਾਂ ਹਾਂਜੀ ਇਹ ਸਾਡੇ ਲਈ ਮਾਨ ਵਾਲੀ ਗੱਲ ਆ ਜੀ ਤੁਸੀਂ ਸਾਡਾ ਜਿਹੜਾ ਸਾਡੇ ਨਾਲ ਇਸ ਟੀਵੀ ਦੇ ਉੱਤੇ ਆਇਆ ਧੰਨਵਾਦ ਜੀ